नमस्कार, सत श्री अकाल। तुहाडा सब दा हैलो ग्लोबल पंजाब शो च स्वागत है। अज आपां गल करांगे मिनिस्टर मैंबर पार्लीमेंटा अते एमएलए दियां तनखावां बारे कि इन्हां सब दियां तनखावां च वाधा होना चाहिए है। इस मसले दे वख-वख पहलुआं ते अज असीं विचार वटांदरा करांगे अते तुहाडे विचार भी सारयां दे नाल सांझे करांगे। पर उस तों पहलो मैं अज वी दस देवां कि तुसीं इस शो नूं नॉर्थ अमेरिका दे पैसिफिक टाइम मुताबिक ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਹੋ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਦੋਂ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ। ਪੁਰਾਣੇ ਸ਼ੋਅ ਯੂਟਿਊਬ 'ਤੇ ਉਪਲਬਧ ਨੇ। ਮੈਂ ਇਹ ਵੀ ਚਾਹਾਂਗਾ ਕਿ ਤੁਸੀਂ ਇਸ ਸ਼ੋਅ ਬਾਰੇ ਵੀ ਆਪਣੇ ਸੁਝਾਅ ਦਿਓ। ਇਹ ਵਿਚਾਰ ਤੁਸੀਂ ਮੈਨੂੰ ਈਮੇਲ ਰਾਹੀਂ ਭੇਜ ਸਕਦੇ ਜੇ। ਅੱਜ ਦੇ ਮਸਲੇ 'ਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਹਾਂ। ਕੱਲ ਹਾਈਕੋਰਟ ਦੇ ਕੁਝ ਜੱਜ ਸਾਹਿਬਾਨ ਨੂੰ ਇੱਕ 6 ਪੇਜ ਦੀ ਬਿਨਾਂ ਦਸਤਖਤ ਚਿੱਠੀ ਮਿਲੀ। ਇਸ 'ਚ ਇਹ ਦੱਸਿਆ ਗਿਆ ਸੀ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਉਹਨਾਂ ਦਾ ਪਰਿਵਾਰ ਆਪਣੀ ਪਾਵਰ ਦਾ ਦੁਰਉਪਯੋਗ ਕਰਕੇ ਨਿੱਜੀ ਜਾਇਦਾਦ ਅਤੇ ਸੰਪਤੀ ਬਣਾ ਰਹੇ ਨੇ। ਇਸ ਚਿੱਠੀ 'ਚ ਟ੍ਰਿਬਿਊਨ ਅਖਬਾਰ 'ਚ ਛਪੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ ਗਿਆ ਸੀ। ਇਹ ਇਨਵੈਸਟੀਗੇਸ਼ਨ ਟ੍ਰਿਬਿਊਨ 'ਚ ਮੈਂ ਕਰਵਾਈ ਸੀ ਜਦੋਂ ਮੈਂ ਉੱਥੇ ਐਗਜ਼ੈਕਟਿਵ ਐਡੀਟਰ ਸਾਂ। ਇਸ ਚਿੱਠੀ 'ਚ ਟਰਾਂਸਪੋਰਟ ਹੋਟਲਾਂ ਉੱਤੇ ਟੀਵੀ ਚੈਨਲਾਂ ਕੇਬਲ ਵਗੈਰਾ ਉੱਤੇ ਕਬਜ਼ੇ ਅਤੇ ਕੰਟਰੋਲ ਦੀ ਗੱਲ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਸਾਰੇ ਮਸਲੇ ਦੀ CBI ਵੱਲੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਜਿਹਨੇ ਚਿੱਠੀ ਲਿਖੀ ਹੈ ਉਹਨਾਂ ਮੁਤਾਬਕ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨਾਲੋਂ ਵੀ ਜ਼ਿਆਦਾ, ਉਹਨਾਂ 'ਤੇ ਜਿਹੜੇ ਆਰੋਪ ਲੱਗੇ ਆ ਉਹਨਾਂ ਨਾਲੋਂ ਵੀ ਜ਼ਿਆਦਾ ਗੰਭੀਰ ਨੇ। ਵੈਸੇ ਜੈਲਲਿਤਾ ਇਸ ਵੇਲੇ ਉਹਨਾਂ ਦੀ ਐਕਵਿਟਲ ਹੋ ਗਈ ਆ ਔਰ ਉਹ ਵਾਪਸ ਬਤੌਰ ਮੁੱਖ ਮੰਤਰੀ ਉੱਥੇ ਬਿਰਾਜਮਾਨ ਨੇ ਤਾਮਿਲਨਾਡੂ ਦੀ ਚੀਫ ਮਿਨਿਸਟਰ ਦੀ ਕੁਰਸੀ 'ਤੇ। ਇਸ ਮਸਲੇ 'ਤੇ ਹਾਈਕੋਰਟ ਨੇ ਇਸ ਚਿੱਠੀ ਦਾ ਨੋਟਿਸ ਲੈ ਲਿਆ ਹੈ। ਇਨਫੈਕਟ ਅਗਲੀ ਤਰੀਕ ਜਿਹੜੀ ਆ ਉਹ ਇਸ ਮਹੀਨੇ ਦੀ ਅਖੀਰ ਦੇ ਵਿੱਚ ਆ। ਦੇਖੋ ਅਗਲੀ ਕਾਰਵਾਈ ਇਸ ਮਸਲੇ 'ਤੇ ਕੀ ਹੁੰਦੀ ਹੈ। ਪਰ ਮੇਰਾ ਖਿਆਲ ਹੈ ਇਹ ਕਾਫੀ ਇੱਕ ਵੱਡੀ ਡਿਵੈਲਪਮੈਂਟ ਆ ਕਿ ਹਾਈਕੋਰਟ ਇਸ ਚੀਜ਼ ਦਾ ਨੋਟਿਸ ਲੈਂਦਾ ਵਾ। ਦੇਖਦੇ ਹਾਂ ਅੱਗੇ ਜਦੋਂ ਉਹਨਾਂ ਨੇ ਵੇਰੀਅਸ ਸਰਕਾਰ ਨੂੰ, ਔਰਬਿਟ ਕੰਪਨੀ ਨੂੰ, ਟਰਾਂਸਪੋਰਟ ਕੰਪਨੀਆਂ ਨੂੰ, ਵੇਰੀਅਸ ਹੋਰ ਅਦਾਰਿਆਂ ਨੂੰ ਉਹਨਾਂ ਨੇ ਨੋਟਿਸ ਭੇਜਿਆ ਵਾ ਵੀ ਇਹ ਨੋਟਿਸ ਦਾ ਫਾਈਨਲੀ ਕੀ ਬਣਦਾ, ਕੀ ਵਾਕਈ ਹਾਈਕੋਰਟ ਇਹਦੀ CBI ਜਾਂਚ ਦੇ ਆਰਡਰ ਦਿੰਦੇ ਆ ਕਿ ਨਹੀਂ ਦਿੰਦੇ। ਕਿਉਂਕਿ ਜੇ ਦਿੰਦੇ ਆ ਤਾਂ ਕਈ ਕੁਛ ਬਹੁਤ ਇੱਕ ਵਾਈਡ ਰੇਂਜਿੰਗ ਇਨਕੁਆਇਰੀ ਜਿਹੜੀ ਆ ਉਹ ਹੋ ਸਕਦੀ ਆ। ਹੁਣ ਅੱਜ ਦਾ ਮਸਲਾ, 2 ਦਿਨ ਪਹਿਲਾਂ ਇੱਕ ਪਾਰਲੀਮੈਂਟਰੀ ਕਮੇਟੀ ਨੇ ਇਹ ਸਿਫਾਰਿਸ਼ ਕੀਤੀ ਸੀ ਕਿ ਮੈਂਬਰ ਪਾਰਲੀਮੈਂਟ ਯਾਨੀ MPs ਦੀ ਤਨਖਾਹ 'ਚ 100% ਵਾਧਾ ਹੋਣਾ ਚਾਹੀਦਾ। ਹੁਣ ਵਾਲੀ ਤਨਖਾਹ ਅੱਜ ਤੋਂ 5 ਸਾਲ ਪਹਿਲਾਂ 2010 'ਚ ਮਿੱਥੀ ਗਈ ਸੀ। ਨਵੀਆਂ ਸਿਫਾਰਿਸ਼ਾਂ ਮੁਤਾਬਕ MP ਦੀ ਤਨਖਾਹ 50,000 ਤੋਂ ਵਧਾ ਕੇ 1,00,000 ਕਰ ਦੇਣੀ ਚਾਹੀਦੀ ਆ। ਇਹ ਪ੍ਰਤੀ ਮਹੀਨਾ ਦੀ ਤਨਖਾਹ ਵਾ, ਆਪਣੇ ਇੱਥੇ ਮੰਥਲੀ ਸੈਲਰੀ ਮਿਲਦੀ ਆ। ਇਹ ਵੀ ਸੁਝਾਵ ਹੈ ਕਿ ਸਾਬਕਾ MPs ਦੀ ਪੈਨਸ਼ਨ 20,000 ਤੋਂ ਵਧਾ ਕੇ 35,000 ਕਰ ਦੇਣੀ ਚਾਹੀਦੀ ਆ। ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕਿਉਂਕਿ MPs ਦਾ ਸਟੇਟਸ ਕੈਬਨਿਟ ਸੈਕਟਰੀ ਦੇ ਜਿਹੜੇ ਅਫਸਰ ਹੁੰਦੇ ਆ ਉਹਨਾਂ ਤੋਂ ਉੱਪਰ ਹੁੰਦਾ, ਉਹਨਾਂ ਦੀ ਯਾਨੀ MPs ਦੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਸਹੂਲਤਾਂ ਵਾ ਉਹ ਵੀ ਢੁੱਕਵੀਆਂ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ। ਇਹ ਵੀ ਸੁਝਾਵ ਹੈ ਕਿ ਭਾਰਤ ਕਾਮਨਵੈਲਥ ਆਫ ਨੇਸ਼ਨਸ ਦਾ ਮੈਂਬਰ ਹੈ ਅਤੇ ਭਾਰਤ ਦੇ MPs ਦੀਆਂ ਤਨਖਾਹਾਂ ਬਾਕੀ ਮੁਲਕਾਂ ਦੇ MPs ਦੇ ਬਰਾਬਰ ਹੋਣੀਆਂ ਚਾਹੀਦੀਆਂ। ਇੱਧਰ ਪੰਜਾਬ 'ਚ ਕਈ ਮਹੀਨਿਆਂ ਦੀ ਡਿਬੇਟ ਤੋਂ ਬਾਅਦ 3-4 ਮਹੀਨੇ ਪਹਿਲਾਂ ਮਿਨਿਸਟਰਾਂ ਅਤੇ MLA ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ। ਮੁੱਖ ਮੰਤਰੀ ਦੀ ਤਨਖਾਹ ਜਿਹੜੀ ਆ ਉਹ 50,000 ਤੋਂ ਵਧਾ ਕੇ 1,00,000 ਕੀਤੀ ਗਈ ਸੀ। ਡੈਪਟੀ CM ਅਤੇ ਲੀਡਰ ਆਫ ਅਪੋਜੀਸ਼ਨ, ਡੈਪਟੀ CM ਸੁਖਬੀਰ ਸਿੰਘ ਬਾਦਲ ਨੇ, ਲੀਡਰ ਆਫ ਅਪੋਜੀਸ਼ਨ ਸੁਨੀਲ ਜਾਖੜ ਨੇ, ਉਹਨਾਂ ਦੀ ਤਨਖਾਹ 30,000 ਤੋਂ ਵਧਾ ਕੇ 50,000 ਕਰ ਦਿੱਤੀ ਗਈ ਆ। ਮਿਨਿਸਟਰਾਂ ਅਤੇ ਚੀਫ ਪਾਰਲੀਮੈਂਟਰੀ ਸੈਕਟਰੀ ਦੀਆਂ ਤਨਖਾਹਾਂ 20,000 ਤੋਂ ਵਧਾ ਕੇ 40,000 ਕੀਤੀਆਂ ਗਈਆਂ ਨੇ। ਸਪੀਕਰ ਅਤੇ ਡੈਪਟੀ ਸਪੀਕਰ ਦੀ ਸੈਲਰੀ ਜਿਹੜੀ ਆ ਉਹ ਵੀ 30,000 ਤੋਂ 50,000 ਕਰ ਦਿੱਤੀ ਗਈ ਹੈ। ਅਤੇ MLAs ਅਤੇ ਸਾਬਕਾ MLA ਦੀਆਂ ਜਿਹੜੀਆਂ ਤਨਖਾਹਾਂ ਔਰ ਪੈਨਸ਼ਨ ਜਿਹੜੀ ਆ ਉਹ 15,000 ਤੋਂ 25,000 ਕਰ ਦਿੱਤੀ ਗਈ ਹੈ। ਇਹ ਵਾਧੇ ਦੇ ਨਾਲ ਨਾਲ ਜਿਹੜੇ ਅਲਾਊਂਸ ਇਹਨਾਂ ਨੂੰ ਮਿਲਦੇ ਆ ਉਹਨਾਂ 'ਚ ਵੀ ਵਾਧਾ ਕੀਤਾ ਗਿਆ ਹੈ। ਇੱਕ ਅੰਦਾਜ਼ੇ ਮੁਤਾਬਕ MLA ਦੀ ਤਨਖਾਹ ਅਤੇ ਹੋਰ ਖਰਚੇ ਸਰਕਾਰ ਨੂੰ ਕਰੀਬ ਘੱਟੋ ਘੱਟ 1,00,000 ਰੁਪਏ ਪ੍ਰਤੀ ਮਹੀਨਾ ਪੈਂਦੇ ਆ।
ਇਸ ਦੇ ਵਿੱਚ ਤਨਖਾਹਾਂ ਦਾ ਸਿਰਫ 25,000 ਦਾ ਖਰਚ ਆ, ਬਾਕੀ ਜਿਹੜੇ ਆ ਕਰੀਬ 70-75,000 ਉਹ ਜਿਹੜੇ ਪੱਤੇ ਆ ਉਹ ਬੇਹਿਸਾਬ ਆ, ਉਹ ਮਿਲਾ ਕੇ ਕਰੀਬ 1,00,000 ਦੀ ਤਨਖਾਹ ਮਿਲ ਜਾਂਦੀ ਆ। ਇਸ 'ਚ ਜਿਹੜਾ ਉਹਨਾਂ ਦਾ ਸਿਕਿਉਰਿਟੀ ਦਾ ਅਮਲਾ ਵਾ ਔਰ ਹੋਰ ਕੁਝ ਸਹੂਲਤਾਂ ਮਿਲਦੀਆਂ ਉਹ ਅੱਡ ਆ। ਕੀ ਇਹਨਾਂ ਤਨਖਾਹਾਂ 'ਚ ਵਾਧਾ ਜਿਹੜਾ ਵਾ ਇਹ ਜਾਇਜ਼ ਆ? ਇਸ ਉੱਪਰ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਕੁਝ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਨੇ, ਮੈਂ ਉਹਦੇ 'ਤੇ ਬਾਅਦ 'ਚ ਆਉਣਾ, ਪਰ ਜਿਹੜੇ ਸਾਡੇ ਨਾਲ ਸੱਜਣ ਜੁੜ ਗਏ ਆ ਪਹਿਲਾਂ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਸੰਜੀਵ ਸਾਹਿਬ, ਮੈਂ ਸੁਦਰਸ਼ਨਜੀਤ ਸਿੰਘ ਬੋਲ ਰਿਹਾ ਅਮੈਰੀਕਾ ਤੋਂ, ਅਰੀਜ਼ੋਨਾ ਤੋਂ। ਹਾਂਜੀ ਹਾਂਜੀ, ਸਵਾਗਤ ਹੈ ਜੀ ਸ਼ੋਅ ਦੇ ਵਿੱਚ, ਦੱਸੋ ਕੀ ਤੁਹਾਡਾ ਸੁਝਾਅ ਆ? ਮੈਂ ਸਿਰਫ ਕਮੈਂਟ ਹੀ ਕਰਨਾ ਸੀਗਾ। ਕੱਲ ਮੈਂ ਇਹ ਆਵਾਜ਼ ਕਰ ਰਿਹਾ ਸੀਗਾ ਸ਼ੋਅ ਟਾਈਮਸ ਆਫ ਇੰਡੀਆ ਉੱਤੇ ਅਰਨਬ ਗੋਸਵਾਮੀ ਨੂੰ ਜੀ, ਉੱਥੇ ਜਿਹੜੇ ਐਮ ਪੀ ਸਾਹਿਬ ਆਏ ਸਨ, ਉਹਨਾਂ ਨੇ ਇੱਕ ਪੁਆਇੰਟ ਰੱਖਿਆ ਸੀਗਾ ਕਿ ਸਾਡੀਆਂ ਤਨਖਾਹਾਂ ਵਧਾ ਦਿਓ, ਨਹੀਂ ਤੇ ਸਾਨੂੰ ਰਿਸ਼ਵਤ ਲੈਣ ਵਾਸਤੇ ਮਜਬੂਰ ਹੋਣਾ ਪਏਗਾ। ਓਕੇ, ਇਹ ਸੁਣ ਕੇ ਮੈਂ ਹੈਰਾਨ ਸਾਂ ਕਿ ਇੱਕ ਪਾਸੇ ਕਹਿੰਦੇ ਨੇ ਕਰਪਸ਼ਨ ਨਹੀਂ ਹੋਣੀ ਚਾਹੀਦੀ ਜੀ, ਸਾਡੀ ਤਨਖਾਹ ਵਧਾ ਦਿਓ, ਦੂਣੀ ਕਰ ਦਿਓ 100% ਜੀ, ਫਿਰ ਅਸੀਂ ਰਿਸ਼ਵਤ ਨਹੀਂ ਲਵਾਂਗੇ, ਨਹੀਂ ਤੇ ਸਾਨੂੰ ਰਿਸ਼ਵਤ ਲੈਣੀ ਮਜਬੂਰੀ ਲੈਣੀ ਪੈਂਦੀ ਹੈ। ਮੈਂ ਸਿਰਫ ਕਮੈਂਟ ਹੀ ਕਰਨਾ ਸੀਗਾ ਜੀ। ਬੜਾ ਅਨਫੋਰਚੁਨੇਟ ਆ, ਮੇਰਾ ਖਿਆਲ ਹੈ ਇਹੋ ਜਿਹੀ ਕਮੈਂਟ ਜਿਹੜਾ ਵਾ ਕਰਨਾ ਨਹੀਂ ਚਾਹੀਦਾ, ਔਰ ਰਿਸ਼ਵਤ ਲੈਣ ਦੇ ਉੱਤੇ ਮੇਰੇ ਖਿਆਲ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ, ਤਨਖਾਹਾਂ ਵਧਣ ਜਾਂ ਨਾ ਵਧਣ। ਲੇਕਿਨ ਇਹ ਠੀਕ ਆ ਕਿ ਤਨਖਾਹਾਂ ਇੱਕ ਰੀਜ਼ਨੇਬਲ ਲੈਵਲ ਦੀਆਂ, ਲਿਮਿਟ ਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਵਾ। ਵੈਸੇ ਇਹ ਮੇਰੇ ਖਿਆਲ ਕੁਝ ਲੋਕਾਂ ਦੀ ਆਦਤ ਹੀ ਹੁੰਦੀ ਆ, ਤੁਸੀਂ ਉਹਨਾਂ ਦੀਆਂ ਤਨਖਾਹਾਂ ਜਿੰਨੀ ਮਰਜ਼ੀ ਵਧਾ ਦਿਓ, ਮੇਰੇ ਖਿਆਲ ਉਹ ਫਿਰ ਵੀ ਜਿਹੜੀ ਆ ਉਹ ਰਿਸ਼ਵਤ ਲੈਣ ਵੱਲ ਨੂੰ, ਜੇ ਉਹਨਾਂ ਦਾ ਸੁਝਾਅ ਉਸ ਤਰੀਕੇ ਦਾ ਉਹਨਾਂ ਦੀ ਟੈਂਪਰਾਮੈਂਟ ਆ, ਤਾਂ ਉਹ ਸ਼ਾਇਦ ਫਿਰ ਵੀ ਭ੍ਰਿਸ਼ਟਾਚਾਰ ਵੱਲ ਜ਼ਰੂਰ ਜਾਣਗੇ। ਸੁਦਰਸ਼ਨ ਜੀ, ਹੋਰ ਵੀ ਕੁਝ ਕਹਿਣਾ ਚਾਹੁੰਦੇ ਜੇ? ਹਾਂਜੀ, ਕੇਜਰੀਵਾਲ ਨੇ ਵੀ ਮੰਗਿਆ ਕਿ ਡਬਲ ਕਰ ਦਿੱਤੀ ਜਾਵੇ ਜੀ, ਤੇ ਉਹੀ ਬੀਜੇਪੀ ਦੇ ਲੋਕ ਉਹਦੇ ਖਿਲਾਫ ਬੋਲਦੇ ਪਏ ਨੇ। ਦੇਖੋ, ਮੇਰਾ ਆਪਣਾ ਫੀਲਿੰਗ ਆ ਕਿ ਜਿਹੜੇ ਮਿਨਿਸਟਰ ਆ, ਐਮ ਐਲ ਏਜ਼, ਐਮ ਪੀਜ਼ ਆ, ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਨ ਵਿੱਚ ਕੋਈ ਹਰਜ਼ ਨਹੀਂ। ਰੀਜ਼ਨ ਇਹ ਆ ਕਿ ਇਹਨਾਂ ਦਾ ਜਿਹੜਾ ਰੋਲ ਆ ਬਹੁਤ ਵੱਡਾ ਵਾ, ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਇਹਨਾਂ ਦਾ। ਉਹਨਾਂ ਦਾ ਇੱਕ ਲੈਜਿਸਲੇਟਿਵ ਰੋਲ ਵੀ ਆ ਔਰ ਐਗਜ਼ੈਕਟਿਵ ਰੋਲ ਵੀ ਆ। ਲੈਜਿਸਲੇਟਿਵ ਰੋਲ ਇਹ ਆ ਕਿ ਉਹ ਅਸੈਂਬਲੀ ਦੀਆਂ ਪ੍ਰੋਸੀਡਿੰਗਸ ਅਟੈਂਡ ਕਰਦੇ ਆ, ਉੱਥੇ ਉਹ ਡਿਬੇਟਸ ਦੇ ਵਿੱਚ ਹਿੱਸਾ ਲੈਂਦੇ ਆ, ਆਪਣੀ ਕੌਂਸਟੀਚੁਐਂਸੀ ਨੂੰ ਰਿਪ੍ਰੈਜ਼ੈਂਟ ਕਰਦੇ ਆ, ਉੱਥੇ ਉੱਥੋਂ ਦੀਆਂ ਮੁਸ਼ਕਲਾਂ ਜਿਹੜੀਆਂ ਵਾ ਉਹਦੇ ਬਾਰੇ ਦੱਸਦੇ ਆ, ਨਵੇਂ ਕਾਨੂੰਨ ਬਣਾਉਂਦੇ ਆ। ਸੋ ਇੱਕ ਤਾਂ ਲੈਜਿਸਲੇਟਿਵ ਰੋਲ ਇਹ ਹੋ ਗਿਆ, ਦੂਜੇ ਪਾਸੇ ਐਗਜ਼ੈਕਟਿਵ ਰੋਲ ਵੀ ਆ, ਉਹਨਾਂ ਦੇ ਵਿੱਚੋਂ ਮੰਤਰੀ ਵੀ ਬਣਦੇ ਆ, ਉਹ ਡਿਸਟ੍ਰਿਕਟ ਡਿਵੈਲਪਮੈਂਟ ਕਮੇਟੀਜ਼ ਦੇ ਮੈਂਬਰ ਵੀ ਨੇ। ਸੋ ਇਸ ਕਰਕੇ ਉੱਥੇ ਦੀ ਜਿਹੜਾ ਵਿਕਾਸ ਆ ਉਹਦੇ 'ਚ ਵੀ ਉਹ ਇੱਕ ਤਰੀਕੇ ਦਾ ਇੱਕ ਯੋਗਦਾਨ ਪਾਉਂਦੇ ਆ, ਔਰ ਨਾਲ ਨਾਲ ਇਸ ਦੇ ਨਾਲ ਨਾਲ ਉਹਨਾਂ ਨੂੰ ਅੱਜ ਕੱਲ੍ਹ ਐਮ ਪੀ ਔਰ ਐਮ ਐਲ ਏ ਡਿਵੈਲਪਮੈਂਟ ਫੰਡ ਵੀ ਦਿੱਤਾ ਗਿਆ। ਸੋ ਉਹ ਵਿਕਾਸ ਦੇ ਕੰਮ ਵੀ ਉਸ ਇਲਾਕੇ ਦੇ ਵਿੱਚ, ਸੋ ਇੱਕ ਬਹੁਤ ਵੱਡਾ ਰੋਲ ਆ, ਬਾਕੀ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਸੰਪਰਕ ਆ ਉਹ ਵੀ ਬਣਿਆ ਵਾ। ਸੋ ਇਸ ਕਰਕੇ ਇਸ ਵੱਡੇ ਰੋਲ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਵਾ ਉਹ ਮਿਥਣੀਆਂ ਚਾਹੀਦੀਆਂ। ਸੁਦਰਸ਼ਨ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕੀਤੇ। ਇੱਕ ਹੋਰ ਜਿਹੜੇ ਸਾਡੇ ਦਰਸ਼ਕ ਆ ਉਹ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਕੀ ਸੁਜੈਸ਼ਨ ਹੈ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੈਲੀਫੋਰਨੀਆ 'ਚ ਬੋਲਦੇ ਹਾਂ। ਹਾਂਜੀ ਹਾਂਜੀ, ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ, ਕੌਣ ਬੋਲ ਰਹੇ? ਅਸੀਂ, ਮੈਂ ਮਨਜੀਤ ਬੋਲਦਾ। ਹਾਂਜੀ ਦਮਨਜੀਤ ਜੀ, ਦੱਸੋ ਕੀ ਸੁਝਾਅ ਹੈ ਤੁਹਾਡਾ? ਹਾਂਜੀ ਭਾਜੀ, ਜਿੱਦਾਂ ਨਾ ਆਪਣੇ ਬਾਦਲ ਪਰਿਵਾਰ ਆ ਜੀ, ਇਹ ਤਾਂ ਆਪਣੇ ਪੰਜਾਬ ਵਿੱਚੋਂ ਕੁਛ ਵੀ ਛੱਡਣਾ ਨਹੀਂ ਮੰਗਦੇ, ਸਾਰਾ ਕੁਛ ਇਹਨਾਂ ਨੂੰ, ਜਿਹੜੇ ਪੰਜਾਬ ਦੇ ਲੋਕੀ ਆ ਨਾ, ਚੰਗੇ ਹੋਣ ਤੇ ਇਹਨਾਂ ਨੂੰ ਵੋਟਾਂ ਪਾਉਣੀ ਨਾ। ਚਲੋ, ਵੋਟਾਂ ਦੇ ਹਾਲੀ 1.5 ਸਾਲ ਨੂੰ ਪੈਣੀਆਂ ਜੀ, ਪਰ ਮੈਂ ਅੱਗੇ ਹੁਣੇ ਦੱਸਿਆ, ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ ਉਸ ਵੇਲੇ, ਕਿ ਹਾਈਕੋਰਟ ਨੇ ਇੱਕ ਚਿੱਠੀ ਦਾ ਨੋਟਿਸ ਲਿਆ ਵਾ ਔਰ ਉਹਨਾਂ ਨੋਟਿਸ ਕੀਤਾ ਵਾ ਸਰਕਾਰ ਨੂੰ ਔਰ ਕੁਝ ਨਿੱਜੀ ਕੰਪਨੀਆਂ ਨੂੰ। ਸੋ ਦੇਖਦੇ ਹਾਂ ਕਿ ਉਹਦੇ ਉਸ ਕੇਸ, ਉਸ ਚਿੱਠੀ ਨੂੰ ਦਾ ਨੋਟਿਸ ਲੈ ਕੇ ਉਹ CBI ਇਨਕੁਆਇਰੀ ਕਰਦੇ ਕਿ ਨਹੀਂ ਕਰਦੇ। ਕੁਝ ਹੋਰ ਵੀ ਕਹਿਣਾ ਚਾਹੁੰਦੇ ਜੇ ਦਮਨਜੀਤ ਜੀ? ਹਾਂਜੀ ਹਾਂਜੀ ਭਾਜੀ, ਦੂਜਾ ਇੱਕ ਨਾ ਆਪਣੇ ਇਹਨਾਂ ਨੂੰ ਹੋਰ ਵੀ ਕਿਸੇ ਨੂੰ ਮੌਕਾ ਦੇਣਾ ਚਾਹੀਦਾ, ਉਧਰੋਂ ਕੈਪਟਨ ਵੀ ਜ਼ੋਰ ਪਾਉਂਦਾ, ਉਧਰੋਂ ਇਹ ਵੀ ਜ਼ੋਰ ਪਾਈ, ਹੋਰ ਕਿਸੇ ਨੂੰ ਮੌਕਾ ਨਹੀਂ ਦਿੰਦੇ ਇਹ। ਖੈਰ, ਹੋਰ ਮੌਕਾ ਤਾਂ ਹੁਣ ਆਪਣੇ ਆਪ ਹੀ ਆ ਗਿਆ ਜੀ ਲੋਕਾਂ ਕੋਲ, ਪਿਛਲੀ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਫੀ ਵੋਟਾਂ ਪਈਆਂ। ਸੋ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਆਮ ਲੋਕਾਂ ਨੂੰ ਵੀ ਮੌਕਾ ਇੱਕ ਤਰੀਕੇ ਦਾ। ਮਿਹਰਬਾਨੀ ਦਮਨਜੀਤ ਜੀ, ਇੱਕ ਹੋਰ ਸਾਡੇ ਨਾਲ ਸ਼ਰੋਤਾ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ। ਹਾਂਜੀ ਹਾਂਜੀ ਗੁਮਟਾਲਾ ਜੀ, ਮੇਰੇ ਖਿਆਲ ਅੱਜ ਕੱਲ੍ਹ ਤੁਸੀਂ ਲੇਟ ਹੋ ਗਏ ਸੀਗੇ, ਅੱਜ ਤੁਸੀਂ ਕਾਲ ਸ਼ੁਰੂ ਦੇ ਪ੍ਰੋਗਰਾਮ ਦੇ ਵਿੱਚ ਹੀ ਕਰਤੀ। ਹਾਂਜੀ, ਦੱਸੋ ਕੀ ਕਰਨਾ ਚਾਹੁੰਦੇ ਜੀ? ਨਾ ਜੀ, ਪਿਛਲੇ 4 ਸਾਲ ਤੋਂ ਚਿੱਠੀਆਂ ਲੈ ਰਹੇ ਹਾਂ ਪੰਜਾਬ ਸਰਕਾਰ ਨੂੰ ਜੀ ਤੇ ਸੈਂਟਰ ਗੌਰਮੈਂਟ ਨੂੰ ਜੀ,
ਮੈਂ ਟੋਰਾਂਟੋ ਜਾ ਕੇ ਇੱਕ ਐਮਪੀ ਨੂੰ ਮਿਲਿਆ ਵੀ ਆ, ਓਕੇ, ਉਹਨਾਂ ਦੇ ਕੰਮ ਕਾਜ ਬਾਰੇ ਮੈਂ ਵੇਖਿਆ ਕੀ ਸਿਸਟਮ ਹੈ ਉਹਨਾਂ ਦਾ। ਉਸ ਤੋਂ ਬਾਅਦ ਮੈਂ ਕੱਲ ਦਾ ਵੈਬਸਾਈਟ ਤੇ ਇੰਗਲੈਂਡ ਦਾ ਸਿਸਟਮ ਵੇਖਿਆ, ਮੈਕਸੀਕੋ ਦੇਖਿਆ, ਸਵਿਟਰਲੈਂਡ ਦਾ ਦੇਖਿਆ ਜੀ। ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਵਾਂ ਵੀ ਉਹਨਾਂ ਦਾ ਸਿਸਟਮ ਇਹ ਆ, ਜਿਹੜਾ ਐਮ ਪੀ ਆ ਦੇ ਦੋ ਦਫ਼ਤਰ, ਇੱਕ ਆਪਣੇ ਇਲਾਕੇ 'ਚ ਦਫ਼ਤਰ ਆ, ਇੱਕ ਰਾਜਧਾਨੀ 'ਚ ਆ, ਇੱਕ ਆਪਣੇ ਇਲਾਕੇ 'ਚ ਆ, ਇੱਕ ਰਾਜਧਾਨੀ 'ਚ ਆ, ਇੱਕ ਰਾਜਧਾਨੀ ਜੀ। ਜਿਹੜਾ ਇਲਾਕੇ 'ਚ ਦਫ਼ਤਰ ਆ ਉੱਥੇ ਬਕਾਇਦਾ ਕਲਰਕ ਬੈਠਦਾ ਜੀ, ਟਾਈਮ 9 to 5 ਹੁੰਦਾ, ਉਹ ਤੁਹਾਡੀਆਂ ਈਮੇਲ ਚੈੱਕ ਕਰਦਾ, ਤੁਹਾਡੇ ਫੋਨ ਕਾਲ ਚੈੱਕ ਕਰਦਾ, ਤੁਹਾਨੂੰ ਦੱਸਦਾ ਵਾ ਵੀ ਐਮ ਪੀ ਸਾਹਿਬ ਕਦੋਂ ਮਿਲਣਗੇ ਤੁਹਾਡੇ ਜੀ। ਉਸ ਤੋਂ ਬਾਅਦ ਤੁਸੀਂ ਕੋਈ ਉਹਨੂੰ ਈਮੇਲ ਭੇਜਦੇ ਜਾਂ ਚਿੱਠੀ ਭੇਜਦੇ ਜੇ, ਤੇ ਉਹ ਕਰਦੇ ਕੀ ਆ, ਜਿਹਦੇ ਸੰਬੰਧ ਆ ਰਾਜ ਸਰਕਾਰ ਨਾਲ ਜੀ ਜੀ, ਉਹ ਫਿਰ ਰਾਜ ਸਰਕਾਰ ਉਹ ਕੰਸਰਨਡ ਐਮ ਐਲ ਏ ਨੂੰ ਭੇਜ ਦਿੰਦਾ ਵੀ ਆਹ ਤੇਰਾ ਕੰਮ ਆ ਜੇ ਤੂੰ ਇਹਨੂੰ ਕਹਾ, ਜੇ ਆਪ ਕੰਮ ਆ ਤੇ ਫਿਰ ਉਹ ਟੇਕ ਅਪ ਕਰਦੇ ਆ ਕਰਕੇ, ਤੇ ਸੈਂਟਰ ਨਾਲ ਗੱਲਬਾਤ ਕਰਦੇ ਆ ਜੀ। ਅੱਛਾ, ਇਸ ਤਰ੍ਹਾਂ ਹੀ ਜਿਹੜੇ ਇਸ ਤਰ੍ਹਾਂ ਐਮ ਐਲ ਏ ਜਿਹੜੇ ਨੇ, ਹਰ ਐਮ ਐਲ ਏ ਦਾ ਆਪਣੇ ਇਲਾਕੇ ਦਫ਼ਤਰ ਆ, ਉੱਥੇ ਸਿਸਟਮ ਹੀ ਹੈਗਾ ਰਾਈਟ 30 ਦਿਨ। ਅੱਛਾ, ਬਾਅਦ ਜੇ ਤੁਹਾਨੂੰ ਜਵਾਬ ਆਉਂਦਾ ਤੁਸੀਂ ਸੈਟਿਸਫਾਈ ਨਹੀਂ ਹੈਗੇ, ਤੇ ਤੁਹਾਨੂੰ ਸੱਦੇ ਆ, ਸੱਦ ਕੇ ਤੁਹਾਡੇ ਨਾਲ ਡਿਸਕਸ ਕਰਦੇ ਆ ਵੀ ਤੁਹਾਡੀ ਪ੍ਰੋਬਲਮ ਕੀ ਹੈ, ਫਿਰ ਉਹ ਗੌਰਮੈਂਟ ਦੇ ਆ ਵੀ ਇਹ ਬੰਦਾ ਆ ਚਾਹੁੰਦਾ ਵਾ ਜੀ। ਸਾਡੇ ਹੁਣ ਐਮ ਪੀ ਕੀ ਆ, ਸਾਡੇ ਐਮ ਪੀ ਕੀ ਆ, ਮੈਂ ਤੁਸੀਂ ਗੁਰਦਾਸਪੁਰ ਦੇ ਜੇ ਲੈ ਲਓ ਖੰਨਾ ਸਾਹਿਬ ਨੇ, ਉਹ ਲੱਭਦੇ ਨੀਗੇ, ਮੈਂ ਬੜੀ ਟਰਾਈ ਕੀਤੀ, ਫੋਨ ਨੰਬਰ ਕੋਈ ਲੱਭਦਾ ਨੀ ਜੀ। ਕੈਪਟਨ ਅਮਰਿੰਦਰ ਸਿੰਘ ਐਮ ਪੀ ਬਣੇ ਅੰਮ੍ਰਿਤਸਰ ਤੋਂ, ਲੱਭਦੇ ਨੀ ਜੇ ਜੀ। ਜੇ ਨਵਜੋਤ ਸਿੰਘ ਸਿੱਧੂ ਆ, 3 ਵਾਰ ਐਮ ਪੀ ਬਣਿਆ, ਮੈਂ ਅੰਮ੍ਰਿਤਸਰ ਰਹਿੰਦਾ ਰਿਹਾ, ਬਸਮਨ ਚਲੋ ਅਸੀਂ ਮਿਲਣਾ ਚਾਹੁੰਦੇ ਸਾਂ, ਉਹ ਆਪਣੇ ਸ਼ੋਅ ਕਰਦਾ ਰਹਿੰਦਾ, ਇਹ ਪੈਸੇ ਕਾਹਦੇ ਮਿਲਦੇ ਆ, ਇਹ ਲੋਕਾਂ ਨਾਲ ਫਰਾਡ ਹੈਗਾ, ਲੋਕਾਂ ਨਾਲ ਇਹ ਲੁੱਟ ਹੈਗੀ ਸਰਕਾਰੀ ਖਜ਼ਾਨੇ ਦੀ। ਬਿਲਕੁਲ, ਬਹੁਤ ਵਧੀਆ ਪੁਆਇੰਟ ਚਰਨਜੀਤ ਜੀ, ਮਾਫ਼ ਕਰਨਾ ਮੈਂ ਤੁਹਾਨੂੰ ਕੱਟ ਰਿਹਾ, ਬਹੁਤ ਵਧੀਆ ਪੁਆਇੰਟ ਰੇਜ਼ ਕੀਤੇ ਆ। ਮੈਂ ਬਾਕੀ ਦਰਸ਼ਕਾਂ ਨਾਲ ਥੋੜ੍ਹਾ ਜਿਹਾ ਇਹਦੀ ਥੋੜ੍ਹੀ ਕਲੈਰਿਟੀ ਲਾਉਣੀ ਚਾਹੁੰਦਾ ਵਾਂ। ਚਰਨਜੀਤ ਗੁਮਟਾਲਾ ਉਹਨਾਂ ਨੇ ਕਿਹਾ ਵਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਉਹਨਾਂ ਨੇ ਵੇਖਿਆ ਵਾ ਵੀ ਕੈਨੇਡਾ ਔਰ ਅਮੈਰੀਕਾ ਦੇ ਵਿੱਚ ਜੋ ਸਿਸਟਮ ਆ ਉਹ ਇਹ ਆ ਕਿ ਬਹੁਤੇ ਐਮ ਪੀਜ਼ ਦਾ ਔਰ ਐਮ ਐਲ ਏਜ਼ ਦੇ ਦੋ ਦਫ਼ਤਰ ਆ, ਇੱਕ ਉਹਨਾਂ ਦੀ ਕੌਨਸਟੀਚੁਐਂਸੀ 'ਚ, ਇੱਕ ਉਹਨਾਂ ਦੀ ਰਾਜਧਾਨੀ ਦੇ ਵਿੱਚ। ਔਰ ਉਹ ਜਿਹੜੀ ਰਾਜਧਾਨੀ ਦੇ ਵਿੱਚ ਓਬਵੀਅਸਲੀ ਜਿਹੜਾ ਦਫ਼ਤਰ ਆ ਉਹ ਜਦੋਂ ਉੱਥੇ ਸੈਸ਼ਨ ਹੁੰਦਾ ਵਾ ਉਹ ਦਫ਼ਤਰ ਜਿਹੜਾ ਵਾ ਉਹ ਜ਼ਿਆਦਾ ਮੇਨਲੀ ਫੰਕਸ਼ਨਲ ਉਦੋਂ ਹੁੰਦਾ ਵਾ, ਲੇਕਿਨ ਜਿਹੜਾ ਉਹਨਾਂ ਦਾ ਦਫ਼ਤਰ ਉਹਨਾਂ ਦੀ ਕੌਨਸਟੀਚੁਐਂਸੀ ਦੇ ਵਿੱਚ ਆ ਉਹ ਰੈਗੂਲਰਲੀ ਇੱਕ ਮਿੱਥੇ ਟਾਈਮ 'ਤੇ 9 to 5 ਜਾਂ ਜੋ ਵੀ ਟਾਈਮ ਆ ਉਦੋਂ ਉੱਥੇ ਫੰਕਸ਼ਨ ਕਰਦਾ ਵਾ, ਹਰ ਜਿਹੜੀ ਚਿੱਠੀ ਪੱਤਰ ਆ ਉਹਦਾ ਜਵਾਬ ਦਿੱਤਾ ਜਾਂਦਾ ਵਾ, ਲੋਕਾਂ ਨਾਲ ਸੰਪਰਕ ਕੀਤਾ ਜਾਂਦਾ ਵਾ, ਸੋ ਇੱਕ ਉਹਨਾਂ ਦਾ ਰਾਬਤਾ ਹਰ ਵੇਲੇ ਰਾਬਤਾ ਜਿਹੜਾ ਵਾ ਲੋਕਾਂ ਦੇ ਨਾਲ ਬਣਿਆ ਵਾ। ਸਾਡੇ ਇੱਥੇ ਇਹੋ ਜਿਹਾ ਕੋਈ ਸਿਸਟਮ ਹੈ ਹੀ ਨਹੀਂ, ਬਹੁਤੇ ਐਮ ਐਲ ਏ ਐਮ ਪੀ ਜਿਹੜੇ ਆ ਉਹ ਕੌਨਸਟੀਚੁਐਂਸੀ ਦੇ ਵਿੱਚ ਮਿਲਦੇ ਹੀ ਨਹੀਂ, ਉਹਨਾਂ ਦਾ ਕੋਈ ਦਫ਼ਤਰ ਹੀ ਨਹੀਂ, ਕੋਈ ਉਹਨਾਂ ਨੂੰ ਚਿੱਠੀ ਲਿਖੋ ਅਤੇ ਉਹ ਜਵਾਬ ਨਹੀਂ ਦਿੰਦੇ। ਇਹ ਬਹੁਤ ਚੰਗਾ ਸੁਝਾਅ ਆ, ਸ਼ਾਇਦ ਇੱਥੇ ਵੀ ਚਾਹੀਦਾ ਹੈ ਵਾ ਵੀ ਸ਼ਾਇਦ ਸਰਕਾਰੀ ਖਰਚ 'ਤੇ ਸਾਰੇ ਐਮ ਐਲ ਏਜ਼ ਦਾ ਔਰ ਐਮ ਪੀਜ਼ ਦਾ ਉਹਨਾਂ ਦੀ ਕੌਨਸਟੀਚੁਐਂਸੀ ਜਿਹੜੀ ਆ ਉੱਥੇ ਇੱਕ ਦਫ਼ਤਰ ਜ਼ਰੂਰ ਹੋਣਾ ਚਾਹੀਦਾ ਵਾ, ਉੱਥੇ ਇੱਕ ਬੇਅਰ ਮਿਨੀਮਮ ਸਟਾਫ, ਕੋਈ ਬਹੁਤ ਵੱਡਾ ਚੌੜਾ ਅਮਲਾ ਜਿਹੜਾ ਵਾ ਉਹਦੀ ਲੋੜ ਨਹੀਂ ਹੈ, ਉੱਥੇ ਇੱਕ ਬੇਅਰ ਮਿਨੀਮਮ ਸਟਾਫ ਕਿ ਉਹਦੇ 'ਚ ਇੱਕ ਜਾਂ ਦੋ ਜਿਹੜੇ ਬੰਦੇ ਆ ਜਿਹੜੇ ਚਿੱਠੀ ਪੱਤਰ ਦਾ ਜਵਾਬ ਦੇ ਸਕਣ, ਔਰ ਜੇ ਕੋਈ ਆਵੇ ਤਾਂ ਉਹਨਾਂ ਨੂੰ ਬਿਠਾ ਸਕਣ ਔਰ ਉੱਥੇ ਕੁਰਸੀਆਂ ਲੱਗੀਆਂ ਹੋਣ, ਉਹਨਾਂ ਦੀਆਂ ਡਿਟੇਲਸ ਲਿਖ ਸਕਣ, ਉੱਥੇ ਇੱਕ ਕੰਪਲੇਂਟ ਸੈਂਟਰ ਹੋਵੇ, ਉੱਥੇ ਕੋਈ ਸੁਝਾਵ ਸੈਂਟਰ ਇੱਕ ਰਜਿਸਟਰ ਹੋਵੇ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਉਹ ਡੈਫੀਨੇਟਲੀ ਹਰ ਕੌਨਸਟੀਚੁਐਂਸੀ ਦੇ ਵਿੱਚ ਹੋਣੀਆਂ ਚਾਹੀਦੀਆਂ ਵਾ। ਇਹੋ ਜਿਹਾ ਸਿਸਟਮ ਜਿਹੜਾ ਵਾ ਮੇਰੇ ਖਿਆਲ ਬੁਲਾਉਣ ਦੀ ਲੋੜ ਹੈ। ਚੰਡੀਗੜ੍ਹ ਦੇ ਵਿੱਚ ਇੱਕ ਪਿੱਛੇ ਜਿਹਾ ਸਿਸਟਮ ਸੀ ਇਹਨਾਂ ਦਾ ਵੀ ਹਰ ਐਮ ਐਲ ਏ ਦਾ ਚੰਡੀਗੜ੍ਹ ਦੇ ਵਿੱਚ ਇੱਕ ਦਫ਼ਤਰ ਦੇ ਦਿਓ, ਮੇਰੇ ਖਿਆਲ ਉਹਦੇ ਨਾਲ ਜ਼ਿਆਦਾ ਲੋੜ ਆ ਵੀ ਉਹਨਾਂ ਦਾ ਦਫ਼ਤਰ ਜਿਹੜਾ ਵਾ ਉਹ ਉਹਨਾਂ ਦੀ ਕੌਨਸਟੀਚੁਐਂਸੀ ਦੇ ਵਿੱਚ ਹੋਵੇ। ਗੁਮਟਾਲਾ ਜੀ ਬਹੁਤ ਬਹੁਤ ਧੰਨਵਾਦ, ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਇੱਕ ਹੋਰ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਆ, ਦੇਖਦੇ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬੋਲਦਾ ਯੂਨੀਵਰਸਿਟੀ ਤੋਂ। ਹਾਂਜੀ ਹਾਂਜੀ ਭਾਈ ਜਾਨ, ਸੰਧੂ ਸਾਹਿਬ ਗੱਲ ਇਸ ਤਰ੍ਹਾਂ ਜੀ, ਦੇਖੋ ਹਰ ਇੱਕ ਨੇ ਬੱਚੇ ਪਾਲਣੇ ਹੁੰਦੇ, ਚਾਹੇ ਮਿਨਿਸਟਰ ਹੋਵੇ, ਚਾਹੇ ਐਮ ਐਲ ਏ ਹੋਵੇ, ਚਾਹੇ ਐਮ ਪੀ ਜੋ ਵੀ ਹੋਵੇ ਜੀ, ਪਰ ਸਵਾਲ ਉੱਠਦਾ ਹੈ ਅੱਜ ਤੇ ਜਿੰਨੇ ਵੀ ਐਮ ਪੀ ਐਮ ਮਿਨਿਸਟਰ ਐਮ ਐਲ ਏ ਬਣੇ ਆ, ਇਹਨਾਂ ਨੇ ਜ਼ਰੂਰ ਤੋਂ ਜ਼ਿਆਦਾ ਪ੍ਰੋਪਰਟੀ ਇਕੱਠੀ ਕੀਤੀ ਆ। ਮੈਂ ਤਾਂ ਇਹ ਕਹਿੰਦਾ ਬਈ ਹੁਣ ਆਮ ਪਾਰਟੀ ਵਰਗੀ ਸਰਕਾਰ ਆਵੇ, ਜੇ ਉਹ ਜਿਹੜੇ ਆਪਣੇ ਭੱਤਿਆਂ ਜੇ ਤਨਖਾਹਾਂ ਤੇ ਰਹਿਣਗੇ ਜੀ, ਉਹੋ ਜਿਹੇ ਬੰਦਿਆਂ ਤਨਖਾਹ ਵਧਾਉਣੀਆਂ ਚਾਹੀਦੀਆਂ ਜਿਹੜੇ ਪਹਿਲੇ ਰਹੇ ਆ, ਇਹਨਾਂ ਨੇ ਤਨਖਾਹ ਕਾਹਦੇ ਵਾਸਤੇ ਵਧਾਉਣੀਆਂ। ਮੈਂ ਤਾਂ ਸੋਚਦਾ ਕੋਈ ਚੰਗੀ ਪਾਰਟੀ ਆਵੇ ਸੰਧੂ ਸਾਹਿਬ, ਇਹਨਾਂ ਤੋਂ ਇਹਨਾਂ ਦੀ ਤਨਖਾਹ ਜੋ ਇਹਨਾਂ ਦਿੱਤੀਆਂ ਵੀ ਗਈਆਂ ਨਾ, ਜੋ ਜਿਹਨਾਂ ਨੇ ਅੱਜ ਤੇ ਰਾਜ ਕੀਤਾ ਆ, ਉਹ ਇਹਨਾਂ ਤੋਂ ਵਸੂਲੀਆਂ ਜਾਣ ਵਾਪਸ, ਕਿਉਂਕਿ ਇਹਨਾਂ ਨੇ ਜ਼ਰੂਰ ਤੋਂ ਜ਼ਿਆਦਾ ਪ੍ਰੋਪਰਟੀ ਬਣਾ ਲਈ ਆ, ਕਾਹਦੇ ਵਾਸਤੇ ਤਨਖਾਹ ਵਧਾਉਣੀਆਂ ਨੇਗੀਆਂ। ਦੇਖੋ ਇਹਦੇ 'ਚ ਇਸ ਤਰ੍ਹਾਂ ਵਾ ਕਿ ਜੇ ਕੋਈ ਚੰਗੀ ਪਾਰਟੀ ਜਿਹਨੂੰ ਤੁਸੀਂ ਆਉਂਦੇ ਜੇ ਉਹ ਵੀ ਆ ਜਾਏ ਤਾਂ ਫਿਰ ਵੀ ਤਨਖਾਹਾਂ ਤਾਂ ਲੋੜ ਹੈ ਨਾ, ਔਰ ਇਸ ਮਸਲੇ 'ਤੇ ਦੋ ਵੱਖਰੇ ਵੱਖਰੇ ਵਿਚਾਰ ਆ।
ਇੱਕ ਤਾਂ ਕੁਝ ਲੋਕਾਂ ਦਾ ਤਾਂ ਵਿਚਾਰ ਇਹ ਆ ਵੀ ਜੇ ਮਿਨਿਸਟਰਾਂ ਦੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਤਨਖਾਹਾਂ ਚੰਗੀਆਂ ਹੋਣਗੀਆਂ ਤਾਂ ਉਹ ਭ੍ਰਸ਼ਟ ਨਹੀਂ ਹੋਣਗੇ। ਇਹਨਾਂ ਲੋਕਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਤਨਖਾਹਾਂ 'ਚ ਸ਼ਾਇਦ ਹੋਰ ਵੀ ਵਾਧਾ ਹੋਣਾ ਚਾਹੀਦਾ ਵਾ, ਸੋ ਦੈਟ ਉਹਨਾਂ ਉਹ ਜਵਾਬਦੇਹ ਹੀ ਹੋਣ। ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਆ ਕਿ ਪੰਜਾਬ ਵਰਗੇ ਰਾਜਾਂ 'ਚ ਸਰਕਾਰਾਂ ਕੋਲ ਸਿਰ ਵੇਲੇ ਸਿਰ ਤਨਖਾਹਾਂ ਦੇਣ ਦੇ ਪੈਸੇ ਹੀ ਨਹੀਂ, ਤਾਂ ਫਿਰ ਮੰਤਰੀਆਂ ਅਤੇ ਜਿਹੜੇ MLAs ਆ ਇਹਨਾਂ ਦੇ ਤਨਖਾਹਾਂ ਦੇ ਭੱਤਿਆਂ 'ਚ ਵਾਧਾ ਕਿਉਂ ਹੋਵੇ? ਪੰਜਾਬ 'ਚ ਤੁਸੀਂ ਵੇਖਿਆ ਹੀ ਆ ਲਗਾਤਾਰ ਬਹੁਤ ਸਾਰੇ ਕਰਮਚਾਰੀ ਵਰਗ ਜਿਹੜੇ ਆ ਉਹ ਤਨਖਾਹਾਂ ਉਹਨਾਂ ਨੂੰ ਲੇਟ ਮਿਲਦੀਆਂ ਵਾ, ਕਈ ਕਰਮਚਾਰੀਆਂ ਦੇ ਜਿਹੜੇ ਏਰੀਅਰਸ ਆ ਉਹ ਕਈ ਕਈ ਸਾਲਾਂ ਦੇ ਨਹੀਂ ਮਿਲੇ, ਔਰ ਸਰਕਾਰਾਂ ਦੇ ਸਮੇਂ ਸਮੇਂ 'ਤੇ ਉਹ ਘੱਟ ਖਰਚੇ ਦੀਆਂ ਅਪੀਲਾਂ ਵੀ ਸਰਕਾਰਾਂ ਜਿਹੜੀਆਂ ਵਾ ਉਹ ਕਰਦੀਆਂ ਰਹਿੰਦੀਆਂ ਵਾ। ਕਰਮਚਾਰੀਆਂ ਦੇ ਕਈ ਵਰਗ ਜਿਹੜੇ ਆ ਖਾਸ ਕਰਕੇ ਟੀਚਰਸ ਆਪਣੀਆਂ ਤਨਖਾਹਾਂ 'ਚ ਵਾਧੇ ਲਈ ਰੋਸ ਮੁਜ਼ਾਹਰੇ ਵੀ ਕਰਦੇ ਰਹਿੰਦੇ ਆ, ਡੈਮੋਸਟ੍ਰੇਸ਼ਨ ਦਾ ਤੁਸੀਂ ਹੁਣ ਵੀ ਵੇਖ ਰਹੇ ਜੇ ਇਹੋ ਜਿਹੇ ਡੈਮੋਸਟ੍ਰੇਸ਼ਨਸ ਕਰੀਬ ਕਰੀਬ ਹਰ ਹਫ਼ਤੇ ਜਾਂ ਹੋਰ ਦੂਜੇ ਚੌਥੇ ਦਿਨ ਕਿਸੇ ਨਾ ਕਿਸੇ ਥਾਂ 'ਤੇ ਜ਼ਰੂਰ ਹੁੰਦੀ ਆ। ਕੁਝ ਹੋਰ ਵੀ ਸੱਜਣ ਸਾਡੇ ਨਾਲ ਜੁੜੇ ਆ, ਦੇਖਦੇ ਆ ਉਹਨਾਂ ਦਾ ਇਸ ਮਸਲੇ 'ਤੇ ਵੀ MLAs MPs ਮਿਨਿਸਟਰਾਂ ਦੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਜਾਂ ਨਹੀਂ, ਇਹਦੇ 'ਤੇ ਉਹਨਾਂ ਦਾ ਕੀ ਵਿਚਾਰ ਆ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਮੈਂ ਤੁਹਾਡੇ ਨਾਲ ਅੰਮ੍ਰਿਤਸਰ ਤੋਂ ਵਿਚਾਰ ਸਾਂਝੇ ਕਰਨਾ ਚਾਹੁੰਦਾ ਜੀ। ਹੁਣ ਤੇ ਫ੍ਰੀ ਮਾਉਂਡ ਆ, ਜਿਹੜਾ ਸਾਡੇ ਮੁਹੱਲੇ ਦਾ ਮਜੀਠਾ ਰੋਡ ਤੇ ਕੌਂਸਲਰ ਆ ਜੀ ਸੁਖਜਿੰਦਰ ਪਿੰਟੂ ਜੀ, ਉਹਨੇ ਆਪਣੇ ਹਲਕੇ 'ਚ ਇੱਕ ਦਫ਼ਤਰ ਰੱਖਿਆ ਹੋਇਆ ਜੀ, ਉੱਥੇ ਇੱਕ ਮੁੰਡਾ ਬਣਾਇਆ PA, ਸਵੇਰੇ ਸ਼ਾਮ ਕੋਈ ਵੇਖੋ ਤੁਸੀਂ ਮੋਹਰਾਂ, ਕੋਈ ਵੀ ਐਪਲੀਕੇਸ਼ਨ ਦੇਣੀ ਹੈ ਤੁਸੀਂ ਸਰਕਾਰ ਤੋਂ ਕੰਮ ਲੈਣ ਲਈ, ਕੋਈ ਸੀਵਰੇਜ ਦੀ, ਕੋਈ ਪਾਣੀ ਦੀ, ਕੋਈ ਦੂਜੀ, ਉੱਤੇ ਕੌਂਸਲਰ ਦੇ ਸਾਈਨ ਹੋਣੇ ਜ਼ਰੂਰੀ ਆ, ਕੋਈ ਤੁਸੀਂ ਸਰਟੀਫਿਕੇਟ ਲੈਣਾ ਕਚਹਿਰੀ ਤੋਂ ਜੀ। ਤੇ ਉਹ ਫਿਰ ਉਹਨੇ ਸਵੇਰੇ ਸ਼ਾਮ ਚੱਕਰ ਮਾਰਨਾ ਹੁੰਦਾ, ਆਪਣਾ ਬਿਜ਼ਨਸ ਕਰਦਾ ਜਾਂ ਜੋ ਵੀ ਕੰਮ ਕਰਦਾ, ਤੇ ਕਰਪਸ਼ਨ ਵੱਲ ਉਹਦਾ ਧਿਆਨ ਨਹੀਂ, ਤੇ ਉਹ ਫਿਰ ਇਕੱਠੇ ਕਰ ਹਟਦਾ ਮੁੰਡਾ ਆਪਣੀਆਂ ਜਿਹੜੀਆਂ ਐਪਲੀਕੇਸ਼ਨਾਂ ਜਾਂ ਜੋ ਵੀ ਆ, ਤੇ ਉਹ ਫਿਰ ਸਾਈਨ ਕਰਾ ਕੇ ਉਹਨਾਂ ਦੇ ਘਰ 'ਚ ਦੇ ਆਉਂਦਾ। ਬਹੁਤ ਵਧੀਆ ਸਿਸਟਮ ਹੈ ਜੀ, ਇਹੋ ਜਿਹੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਲੋਕ ਹੋਰ ਵੀ ਹੋਣ। ਤੁਸੀਂ ਵੇਖਿਆ ਹੀ ਲੁਧਿਆਣੇ ਦੇ ਵਿੱਚ ਜਿਹੜੇ ਬੈਂਸ ਭਰਾ ਵਾ, ਉਹਨਾਂ ਦੇ ਖਿਲਾਫ਼ ਖੈਰ ਇਲਜ਼ਾਮ ਵੀ ਕਈ ਤਰੀਕਿਆਂ ਦੇ ਲੱਗਦੇ ਆ, ਲੇਕਿਨ ਉਹਨਾਂ ਨੇ ਇੱਕ ਬਹੁਤ ਵਧੀਆ ਉੱਥੇ ਦਫ਼ਤਰ ਬਣਾਇਆ ਵਾ। ਦਫ਼ਤਰ ਦੇ ਵਿੱਚ ਜੇ ਕਿਸੇ ਨੂੰ ਕੋਈ ਦਿੱਕਤ ਵੀ ਆ ਉਹਨੂੰ ਹੈਲਪ ਕਰਦੇ ਆ ਉਹਦੀ ਦਿੱਕਤ ਜਿਹੜੀ ਆ ਰਿਜ਼ੋਲਵ ਕਰਨ ਵਾਸਤੇ, ਔਰ ਉਹ 24 ਘੰਟੇ ਜਿਹੜਾ ਦਫ਼ਤਰ ਇੱਕ ਤਰੀਕੇ ਦਾ ਉਹ ਦਫ਼ਤਰ ਚੱਲਦਾ ਰਹਿੰਦਾ। ਸ਼ਾਇਦ ਇਸੇ ਕਰਕੇ ਹੀ ਦੋਵੇਂ ਭਰਾ ਇਸ ਦੇ ਬਾਵਜੂਦ ਕਿ ਲੋਕ ਜਿਹੜੇ ਸੱਤਾ 'ਚ ਆ ਉਹ ਉਹਨਾਂ ਦਾ ਵਿਰੋਧ ਕਰਦੇ ਆ, ਉਹ ਲਗਾਤਾਰ ਉੱਥੋਂ ਜਿੱਤਦੇ ਆ ਰਹੇ ਆ। MP ਦੀਆਂ ਇਲੈਕਸ਼ਨਾਂ 'ਚ ਉਹਨਾਂ ਨੂੰ ਕਾਫੀ ਵੋਟਾਂ ਮਿਲੀਆਂ, ਔਰ MLA ਦੀ ਇਲੈਕਸ਼ਨਾਂ ਦੇ ਦੋਵੇਂ ਭਰਾ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਉੱਥੋਂ ਜਿੱਤੇ ਆ। ਸੋ ਜੇ ਤੁਸੀਂ ਸਿਸਟਮ ਬਣਾਓਗੇ ਤਾਂ ਲੋਕ ਉਹਦੀ ਡੈਫੀਨੇਟਲੀ ਉਸ ਚੀਜ਼ ਦੀ ਕਦਰ ਕਰਦੇ ਆ। ਪ੍ਰਗਟ ਜੀ, ਤੁਸੀਂ ਇੱਥੋਂ ਦੇ ਸਿਸਟਮ ਬਾਰੇ ਦੱਸਦਾ, ਫ੍ਰੀ ਮਾਉਣ ਦੇ ਸਿਸਟਮ ਬਾਰੇ ਨਹੀਂ ਦੱਸਿਆ। ਉਹ ਇੱਦਾਂ ਜੀ, ਇੱਥੋਂ ਦੀ ਗੱਲ ਆ, ਬਾਦਲ ਸਾਹਿਬ 1 ਰੁਪਈਏ ਤੇ ਕੰਮ ਕਰਦੇ ਰਹੇ ਆ, ਹੁਣ ਦਾ ਤੇ ਪਤਾ ਨਹੀਂ ਪਹਿਲਿਆਂ ਸੈਸ਼ਨ 'ਚ ਉਹ, ਤੇ ਦੂਜੀ ਗੱਲ ਇਹ ਆ ਮੰਤਰੀਆਂ ਦੇ ਕੋਈ ਤਨਖਾਹਾਂ ਨਹੀਂ ਹੁੰਦੀਆਂ, ਇਹਨਾਂ ਦੇ ਸਿਰਫ ਮਾਮੂਲੀ ਭੱਤੇ ਹੁੰਦੇ ਆ। ਅੱਛਾ, ਓਕੇ ਓਕੇ। ਕਿਉਂਕਿ ਇਹਨਾਂ ਸੇਵਾ ਕਰਨੀ ਹੁੰਦੀ ਆ, ਅਸਲੀ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਇਹਨਾਂ ਦੀ ਕੋਈ ਤਨਖਾਹ ਨਹੀਂ ਲਾਈ ਜਾਂਦੀ, ਕੋਈ ਸੈਲਰੀ ਨਹੀਂ ਹੁੰਦੀ, ਕੋਈ ਸੈਕਟਰੀਆਂ ਜਿੰਨੀ ਇਹਨਾਂ ਦੀ ਤਨਖਾਹ ਨਹੀਂ ਚਾਹੀਦੀ, ਇਹਨਾਂ ਸਿਰਫ ਸੇਵਾ ਕਰਨੀ ਹੁੰਦੀ ਹੈ, ਸੇਵਾ ਭਾਵਨਾ ਨਾਲ ਅੱਗੇ ਆਉਂਦੇ ਆ। ਪਰ ਇਹਨਾਂ ਦੇ ਇਹਨਾਂ ਨੂੰ ਲਾ ਦੇ, ਉਹ ਇੱਕ ਪੰਜਾਬੀ ਦੀ ਕਹਾਵਤ ਹੈ ਟਰੱਕ ਡਰਾਈਵਰ ਦੀ, 25,000 ਤਨਖਾਹ ਕਰ ਦੋ ਉਹਨੇ ਫਿਰ ਵੀ ਤੇਲ ਵੇਚਣਾ ਹੀ ਵੇਚਣਾ ਇਹਨਾਂ ਨੂੰ ਭਾਵੇਂ। ਨਹੀਂ ਨਹੀਂ ਨਹੀਂ, ਫਰਕ ਪੈ ਜਾਂਦਾ ਵਾ, ਜਿਵੇਂ ਟਰੱਕ ਡਰਾਈਵਰ ਹਿੰਦੁਸਤਾਨ 'ਚ ਤੇਲ ਵੇਚਦੇ ਆ ਉਹਦਾ ਅਮਰੀਕਾ ਔਰ ਕੈਨੇਡਾ 'ਚ ਨਹੀਂ ਵੇਚਦੇ, ਔਰ ਇਸ ਕਰਕੇ ਆ ਕਿ ਕਿਉਂਕਿ ਉਹ ਉੱਥੇ ਸੌਖੇ ਆ। ਸੋ ਇਹਦਾ ਚੀਜ਼ ਦਾ ਫਰਕ ਜ਼ਰੂਰ ਪੈਂਦਾ ਵਾ। ਮੇਰਾ ਆਪਣਾ ਵਿਚਾਰ ਹੈ ਕਿ MPs ਅਤੇ MLAs ਦੀਆਂ ਤਨਖਾਹਾਂ 'ਚ ਵਾਧੇ ਦਾ ਕੋਈ ਹਰਜ਼ ਨਹੀਂ, ਲੇਕਿਨ ਸਾਬਕਾ MPs ਅਤੇ ਸਾਬਕਾ MLA ਦੀਆਂ ਪੈਨਸ਼ਨਾਂ ਮੇਰੇ ਖਿਆਲ ਬੇਤੁਕੀਆਂ ਵਾ। ਪੈਨਸ਼ਨ ਇੱਕ ਲੰਬੀ ਨੌਕਰੀ ਤੋਂ ਬਾਅਦ ਮਿਲਦੀ ਆ, ਅਤੇ ਇੱਥੇ ਕਈ ਲੋਕ ਜਿਹੜੇ 5-4 ਸਾਲ MP MLA ਰਹਿ ਕੇ ਉਹਨਾਂ ਨੂੰ ਚੌਖੀ ਜਿਹੜੀ ਪੈਨਸ਼ਨ ਆ ਉਹ ਮਿਲਣ ਲੱਗ ਪੈਂਦੀ ਆ। ਮੇਰੇ ਖਿਆਲ ਇਹ ਸਿਸਟਮ ਇਹ ਜਿਹੜੇ MLA MP ਆ ਉਹਨਾਂ ਨੂੰ ਇੱਕ ਨੌਕਰੀ ਪੇਸ਼ੇ ਬੰਦੇ ਦੇ ਨਾਲ ਉਹਨਾਂ ਦੀ ਇਨਫੈਕਟ ਉਹਨਾਂ ਦੇ ਨਾਲ ਉਹਨਾਂ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਜਿਹੜੀ ਪਾਰਲੀਮੈਂਟਰੀ ਪੈਨਲ ਨੇ ਇੱਕ ਹੋਰ ਸਿਫਾਰਿਸ਼ ਕੀਤੀ ਹੈ ਕਿ ਸਾਡੇ MPs ਦੀਆਂ ਤਨਖਾਹਾਂ ਬਾਕੀ ਮੁਲਕਾਂ ਦੇ MPs ਦੇ ਬਰਾਬਰ ਹੋਣੀਆਂ ਚਾਹੀਦੀਆਂ। ਮੈਂ ਇਸ ਸਿਫਾਰਿਸ਼ ਨਾਲ ਵੀ ਸਹਿਮਤ ਨਹੀਂ, ਹਰ ਮੁਲਕ ਦਾ ਆਰਥਿਕ ਢਾਂਚਾ ਵੱਖਰਾ ਹੁੰਦਾ ਅਤੇ ਇਸ ਦੇ ਹਿਸਾਬ ਨਾਲ ਹੀ ਉੱਥੋਂ ਦੀਆਂ ਤਨਖਾਹਾਂ ਅਤੇ ਮਿਨੀਮਮ ਵੇਜਿਸ ਜਿਹੜੀਆਂ ਵਾ ਉਹ ਮਿਥੀਆਂ ਜਾਂਦੀਆਂ ਵਾ। ਸੋ ਇਸ ਕਰਕੇ ਇਹ ਵੀ ਕੰਪੈਰੀਜ਼ਨ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਬਾਬੂ ਸਿੰਘ ਘੋਤੜਾ ਬੋਲਣਾ ਪਿਆ ਜੀ, ਨਹੀਂ ਯਾਰ ਨਾ ਜ਼ਰਾ ਦੁਬਾਰਾ ਦੱਸਿਓ। ਬਾਬੂ ਸਿੰਘ ਘੋਤੜਾ ਬੋਲਣਾ ਪਿਆ ਜੀ। ਬਾਬੂ ਸਿੰਘ ਘੋਟਣਾ?
ਕੋਟਲਾ ਜੀ। ਕੋਟਲਾ, ਕੋਟਲਾ ਪਿੰਡ ਦਾ ਨਾਂ ਜੀ? ਨਹੀਂ, ਮੇਰੀ ਗੋਤ ਹੈ ਜੀ। ਓਕੇ ਓਕੇ, ਕਿਹੜੇ ਇਲਾਕੇ 'ਚ ਭਾਈ ਸਾਹਿਬ ਤੁਸੀਂ? ਪਿੰਡ ਮੇਰਾ ਵੱਡੀ ਮਿਆਣੀ ਹੈ ਜੀ। ਕਿਹੜਾ ਜ਼ਿਲ੍ਹਾ? ਕਿਹੜਾ ਜ਼ਿਲ੍ਹਾ? ਹੁਸ਼ਿਆਰਪੁਰ, ਵੱਡੀ ਮਿਆਣੀ ਜੀ, ਬਾਬਾ ਲਾਲੀ ਦੇ ਪਿੰਡ ਦਾ ਜੀ। ਓਕੇ ਓਕੇ ਓਕੇ, ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਇਹ ਸਰ ਸੰਧੂ ਸਾਹਿਬ, ਇਹ ਦੋਨੇ ਪਾਰਟੀਆਂ ਬੇਈਮਾਨ ਨੇ, ਕਾਂਗਰਸ ਤੇ ਆ ਜਿਹੜੀ ਆਪਣੀ ਬੀਜੇਪੀ ਜੀ। ਇਹ ਸਰ ਇਹ ਆਪਣੀ ਆਮ ਪਾਰਟੀ ਬਹੁਤ ਚੰਗੀ ਹੈ ਜੀ। ਦੇਖੋ, ਉਹ ਇੱਕ ਚੇਂਜ ਤੇ ਲਿਆਂਦੀ ਹੈ ਉਹਨਾਂ ਦਿੱਲੀ ਦੇ ਵਿੱਚ, ਬਦਲਾਵ ਤੇ ਉਹਨਾਂ ਲਿਆਂਦਾ ਵਾ, ਔਰ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਡੈਫੀਨੇਟਲੀ ਜੀ। ਬਹੁਤ ਸੋਹਣੀ ਗੱਲ ਕੀਤੀ ਹੈ ਇਹਨਾਂ ਕੋਲ ਕੋਈ। ਹਾਂਜੀ 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 ਹਾਂਜੀ, ਤੁਹਾਡੀ ਗੱਲ ਤੁਸੀਂ ਔਨ ਏਅਰ ਜੇ ਜੀ ਗੱਲ ਸੁਣ ਰਹੀ ਹੈ ਤੁਹਾਡੀ, ਤੁਸੀਂ ਟੀਵੀ ਵੱਲ ਨਾ ਵੇਖੋ, ਆਪਣੀ ਗੱਲ ਕਰੋ। ਮੈਂ ਕਿਹਾ ਝੂਠੀ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਵੀ ਇਹਨਾਂ ਦੋ ਪਾਰਟੀਆਂ ਨੂੰ ਕੱਢੋ ਤੇ ਆਮ ਪਾਰਟੀ ਪੰਜਾਬ ਵਿੱਚ ਲਿਆਓ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਹਾਡਾ ਵਿਚਾਰ ਬੜਾ ਸਪਸ਼ਟ ਆ ਵੀ ਇਹਨਾਂ ਦੋਵਾਂ ਪਾਰਟੀਆਂ ਨੂੰ ਕੱਢ ਕੇ ਇੱਕ ਨਵੀਂ ਸੋਚ ਦੀ ਲੋੜ ਹੈ, ਔਰ ਨਵੀਂ ਸੋਚ ਜਿਹੜੀ ਆ ਉਹਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਲਿਆਉਣਾ ਚਾਹੀਦਾ ਵਾ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਐੱਮ ਪੀਜ਼ ਅਤੇ ਐੱਮ ਐੱਲ ਏ ਅਤੇ ਮਿਨਿਸਟਰਾਂ ਦੀਆਂ ਤਨਖਾਹਾਂ ਦਾ ਜਿਹੜਾ ਮਸਲਾ ਵਾ ਇਹਨੂੰ ਇਸੇ ਤਰ੍ਹਾਂ ਹੀ ਵਿਚਾਰਾਂਗੇ। ਇੱਕ ਬੜਾ ਇੰਟਰਸਟਿੰਗ ਸਬਜੈਕਟ ਆ, ਇਹਦੇ 'ਤੇ ਆਪਾਂ ਹਾਲੀ ਵਿਸਥਾਰ 'ਚ ਗੱਲ ਕਰਨੀ ਆ, ਪਰ ਹੁਣ ਬ੍ਰੇਕ ਦਾ ਸਮਾਂ, ਸੋ ਬ੍ਰੇਕ ਤੋਂ ਬਾਅਦ ਮੈਂ ਜਲਦ ਵਾਪਸ ਆ ਰਿਹਾ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਬ੍ਰੇਕ ਤੋਂ ਬਾਅਦ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਤਨਖਾਹਾਂ ਬਾਰੇ। ਇਸ ਮਸਲੇ 'ਤੇ ਬਹੁਤ ਸਾਰੇ ਵਿਚਾਰ ਸਾਡੇ ਦਰਸ਼ਕਾਂ ਦੇ ਵੀ ਆਏ ਆ, ਹੋਰ ਵੀ ਕੁਝ ਦਰਸ਼ਕ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਦ੍ਰਿਸ਼ਟੀਕੋਣ ਆ, ਕੀ ਉਹਨਾਂ ਦਾ ਪ੍ਰਸਤਾਵ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਉੱਚੀ ਬੋਲੋ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਹਰਿੰਦਰ ਬੋਲਦਾ ਜੀ, ਲੋਸ ਏਂਜਲਸ ਤੋਂ। ਸਤਿ ਸ਼੍ਰੀ ਅਕਾਲ ਜੀ ਹਰਿੰਦਰ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਇਸ ਮਸਲੇ 'ਤੇ ਤੁਹਾਡਾ ਕੀ ਵਿਚਾਰ ਆ? ਮਸਲੇ ਤੇ ਚਲੋ ਠੀਕ ਹੈ, ਤਨਖਾਹਾਂ ਤਾਂ ਵਧਣੀਆਂ ਚਾਹੀਦੀਆਂ ਜ਼ਰੂਰ ਜੀ, ਪਰ ਜਿਹੜੇ ਇਹ ਲੋਕ ਚੁਣੇ ਹੋਏ ਆ ਇਹਨਾਂ ਨੂੰ ਪਿੰਡਾਂ ਤੇ ਥਾਵਾਂ ਦੀਆਂ ਜਿਹੜੀਆਂ ਗਲੀਆਂ ਆ ਜਾਂ ਸੜਕਾਂ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤੇ ਮੈਂ ਹੁਣੇ ਹੁਣੇ ਅਜੇ ਪੰਜਾਬ ਤੋਂ ਵਾਪਸ ਆਇਆ ਤੇ ਜਿਹੜੀਆਂ ਉੱਥੇ ਦੀਆਂ ਸੜਕਾਂ ਟੁੱਟੀਆਂ ਹੋਈਆਂ, ਟੋਬੇ ਪਏ ਹੋਏ ਆ, ਜਿਸ ਸੜਕ ਦੇ ਕੋਈ 5 ਤੋਂ 10 ਮਿੰਟ ਲੱਗਦੇ ਆ ਜਾਣ ਨੂੰ ਸ਼ਹਿਰ ਨੂੰ, ਤੇ ਉੱਥੇ ਅੱਧਾ ਪੌਣਾ ਘੰਟਾ ਲੱਗ ਜਾਂਦਾ ਜੀ। ਕਿਹੜੇ ਇਲਾਕੇ ਦੀ ਗੱਲ ਕਰ ਰਹੇ ਤੁਸੀਂ? ਮੈਂ ਜਲੰਧਰ ਦੀ ਕਰ ਰਿਹਾ ਜੀ। ਓਕੇ, ਸੋ ਜਲੰਧਰ ਦੇ ਪਿੰਡਾਂ ਦੇ ਇਲਾਕਿਆਂ ਦੀਆਂ ਸੜਕਾਂ ਜਿਹੜੀਆਂ ਵਾ ਉਹ ਖਰਾਬ ਆ? ਹਾਂਜੀ, ਬਿਲਕੁਲ ਟੁੱਟੀਆਂ ਹੋਈਆਂ ਸੜਕਾਂ ਆ। ਸਾਡੇ ਪਿੰਡ ਤੋਂ ਜਲੰਧਰ ਨੂੰ ਕੋਈ ਗੱਡੀ ਦੇ ਵਿੱਚ 5 ਤੋਂ 10 ਮਿੰਟ ਲੱਗਦੇ ਆ, ਤੇ ਉਹ ਸੜਕਾਂ ਸਾਰੀਆਂ ਸਾਈਡਾਂ ਦੀਆਂ ਜਿੰਨੀਆਂ ਵੀ ਆ ਸਭ ਟੋਏ ਟੋਬੇ ਪਏ ਹੋਏ ਆ ਇਹਨੂੰ। ਸੋ ਦੋ ਵਿਚਾਰ ਤੁਸੀਂ ਰੱਖੇ ਆ ਵੀ ਇੱਕ ਤਾਂ ਤਨਖਾਹਾਂ ਵਧਣੀਆਂ ਚਾਹੀਦੀਆਂ ਵਾ, ਕੋਈ ਹਰਜ ਨਹੀਂ ਜੇ ਵੱਧ ਜਾਣ, ਦੂਜਾ ਪਰ ਇਹ ਜਿਹੜੇ ਐੱਮ ਪੀਜ਼ ਐੱਮ ਐੱਲ ਏਜ਼ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕਰਨਾ ਚਾਹੀਦਾ, ਉੱਥੇ ਜਾ ਕੇ ਵੇਖਣਾ ਚਾਹੀਦਾ ਵੀ ਕੀ ਹਾਲਤ ਆ, ਔਰ ਪਿੰਡਾਂ ਦੇ ਵਿੱਚ ਹਾਲਤ ਕੋਈ ਹਾਲਾਤ ਚੰਗੇ ਨਹੀਂ ਹੈ ਤੁਹਾਡੇ ਜਲੰਧਰ ਵਾਲੇ ਇਲਾਕੇ ਦੇ ਵਿੱਚ ਜਿੱਥੋਂ ਦੇ ਤੁਸੀਂ ਰਹਿੰਦੇ ਜੇ, ਉੱਥੇ ਸੜਕਾਂ ਕਾਫੀ ਖਰਾਬ ਨੇ। ਕੁਝ ਹੋਰ ਵੀ ਗੱਲ ਕਰਨੀ ਹਰਿੰਦਰ ਜੀ? ਜਲੰਧਰ ਦੇ ਸ਼ਹਿਰ ਦੇ ਵਿੱਚ ਵੀ ਸੜਕਾਂ ਦੀ ਇੰਨੀ ਬਾਜ਼ਾਰਾਂ ਦੇ ਵਿੱਚ ਵੀ ਮੰਦੀ ਹਾਲਤ ਆ ਕਿ ਉਹ ਟੁੱਟੀਆਂ ਹੋਈਆਂ ਜਿੱਦਾਂ ਬਿਲਕੁਲ। ਓਕੇ ਓਕੇ ਓਕੇ, ਸੋ ਬੇਸਿਕ ਫੈਸਿਲਿਟੀਜ਼ ਦੇ ਉੱਤੇ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਉਹਨਾਂ ਨੂੰ ਜ਼ਰੂਰ ਧਿਆਨ ਦੇਣਾ ਪਊਗਾ। ਇੱਕ ਹੋਰ ਵੀ ਮਸਲਾ ਵਾ ਜਿਸ 'ਤੇ ਮੇਰੇ ਖਿਆਲ ਵਿਚਾਰ ਕਰਨ ਦੀ ਲੋੜ ਆ, ਉਹ ਹੈ ਕਿ ਤਨਖਾਹਾਂ 'ਚ ਵਾਧੇ ਦੇ ਨਾਲ ਇਹਨਾਂ ਲੋਕਾਂ 'ਚ ਭ੍ਰਿਸ਼ਟਾਚਾਰ ਕਿੰਨਾ ਕੁ ਘਟੇਗਾ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰ ਇਲਜ਼ਾਮ ਲੱਗਦੇ ਆਏ ਆ ਕਿ ਐੱਮ ਪੀਜ਼ ਨੇ ਹੋਰ ਤੇ ਹੋਰ ਸਵਾਲ ਪੁੱਛਣ ਵਾਸਤੇ ਵੀ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣ ਵਾਸਤੇ ਵੀ ਲੋਕਾਂ ਤੋਂ ਪੈਸੇ ਲਏ ਆ, ਇਹ ਸਭ ਨੂੰ ਕਿਵੇਂ ਰੋਕਿਆ ਜਾ ਸਕਦਾ ਵਾ? ਇਹ ਵੀ ਮਸਲਾ ਜਿਹਦੇ 'ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਜਿਹੜੇ ਐੱਮ ਪੀਜ਼ ਆ ਉਹ ਬਹੁਤ ਘੱਟ ਪਾਰਲੀਮੈਂਟ 'ਚ, ਇਸੇ ਤਰ੍ਹਾਂ ਹੀ ਐੱਮ ਐੱਲ ਏ ਬਹੁਤ ਘੱਟ ਵਿਧਾਨ ਸਭਾ 'ਚ ਆਉਂਦੇ ਨੇ ਅਤੇ ਉੱਥੋਂ ਦੇ ਕੰਮਕਾਰ ਦੇ ਵਿੱਚ ਹਿੱਸਾ ਨਹੀਂ ਲੈਂਦੇ। ਇਸ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਵਾ? ਇਹ ਵੀ ਇੱਕ ਬਹੁਤ ਗੰਭੀਰ ਮਸਲਾ ਵਾ ਜਿਹਦੇ 'ਤੇ ਅਸੀਂ ਤੁਹਾਡੇ ਵਿਚਾਰ ਜਿਹੜੇ ਆ ਉਹ ਡੈਫੀਨੇਟਲੀ ਸਾਂਝੇ ਕਰਨੇ ਚਾਹੁੰਦੇ ਹਾਂ। ਹੋਰ ਦੇਖਦੇ ਹਾਂ ਹੋਰ ਦਰਸ਼ਕਾਂ ਦਾ ਕੀ ਇਹਦੇ 'ਤੇ ਦ੍ਰਿਸ਼ਟੀਕੋਣ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੁਲਵੰਤ ਸਿੰਘ ਮੈਰੀਲੈਂਡ ਤੋਂ। ਹਾਂਜੀ ਹਾਂਜੀ, ਕੁਲਵੰਤ ਸਿੰਘ ਜੀ ਕਿਤੇ ਛੁੱਟੀ ਗਏ ਲੱਗਦੇ ਸੀ, ਬੜੇ ਦਿਨਾਂ ਬਾਅਦ ਆਏ ਜੇ। ਨਰਜੀਵਾਂ ਸੀ ਜੀ, ਲੜਕੇ ਦੀ ਮੈਰਿਜ ਸੀ। ਓਕੇ ਓਕੇ, ਹਾਂਜੀ ਹਾਂਜੀ, ਅਸੀਂ ਆਪਸ ਦੇ ਵਿੱਚ ਸਾਡੀ ਟੀਮ ਕਈ ਵਾਰ ਗੱਲ ਕਰਦੀ ਰਹਿੰਦੀ ਆ ਵੀ ਕੌਣ ਕਾਲ ਕਰਦਾ ਨਹੀਂ ਕਾਲ ਕਰਦਾ, ਤੇ ਉਹਦੇ 'ਚ ਅਸੀਂ ਕੱਲ੍ਹ ਹੀ ਗੱਲ ਕਰ ਰਹੇ ਸੀ ਵੀ ਕੁਲਵੰਤ ਸਿੰਘ ਮੈਰੀਲੈਂਡ ਦਾ ਫੋਨ ਨਹੀਂ ਆਇਆ। ਮਿਹਰਬਾਨੀ, ਯਾਦ ਕਰਦੇ ਹੋ? ਹਾਂਜੀ ਹਾਂਜੀ ਬਿਲਕੁਲ। ਤੁਹਾਡੇ ਅੱਜ ਦੇ ਵਿਸ਼ੇ ਤੇ ਕਹਿਣਾ ਮੇਰਾ ਇਹ ਆ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜੇ ਤਨਖਾਹਾਂ ਵੱਧ ਜਾਣ ਤੇ ਹੋ ਸਕਦਾ ਭ੍ਰਿਸ਼ਟਾਚਾਰ ਇਹ ਘੱਟ ਕਰਨ ਜੀ,
ਮੈਂ ਬੇਨਤੀ ਕਰਨਾ ਵੀ ਸੰਨ 67 ਵਿੱਚ ਗੁਰਨਾਮ ਸਿੰਘ ਦੀ ਸਰਕਾਰ ਵਿੱਚ ਸਤਪਾਲ ਡਾਂਗ ਖੁਰਾਕ ਮੰਤਰੀ ਬਣੇ ਜੀ ਜੀ। ਉਸ ਵੇਲੇ ਉਹ 2-2.5 ਸਾਲ ਜਿੰਨਾ ਚਿਰ ਵੀ ਮੰਤਰੀ ਰਹੇ ਨੇ, ਤੇ ਉਦੋਂ ਬਾਅਦ ਜੋ ਉਹਨਾਂ ਦੀ ਪੋਜੀਸ਼ਨ ਮੰਤਰੀ ਪਦ ਤੋਂ ਹਟ ਕੇ ਵੀ ਰਹੀ ਆ, ਉਹਨਾਂ ਦੀ ਮਿਸਜ ਬਿਮਲਾ ਡਾਂਗ ਵੀ MLA ਰਹੀ ਆ ਜੀ, ਇਹਨਾਂ ਦਾ ਉੱਥੇ ਰਹਿਣਾ ਸਹਿਣਾ ਮੇਰਾ ਖਿਆਲ ਹੈ ਜਿੱਥੋਂ ਤੱਕ ਵੀ ਤੁਸੀਂ ਨਿੱਜੀ ਤੌਰ 'ਤੇ ਵੇਖਿਆ ਹੋਏਗਾ ਜੀ। ਮੈਂ ਦੋਵਾਂ ਨੂੰ ਮਿਲਿਆ ਜੀ, ਮੈਂ ਕਈ ਵਾਰ ਮਿਲਿਆ ਉਹਨਾਂ ਜਦੋਂ ਇੱਥੇ ਆਪਣੇ ਮਿਲੀਟੈਂਸੀ ਸੀ ਉਦੋਂ ਬਹੁਤ ਜਾਂਦਾ ਰਿਹਾ ਉੱਥੇ ਮਿਲਣ ਵਾਸਤੇ ਜੀ। ਅੱਜ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਜੇ ਤਨਖਾਹ ਵਧਾ ਦਈਏ ਤੇ ਭ੍ਰਿਸ਼ਟਾਚਾਰ ਹੋ ਸਕਦਾ ਘੱਟ ਕਰਨ, ਇਹ ਕਿਤੇ ਵੀ ਨਹੀਂ ਲਿਖਿਆ ਇਹਨਾਂ ਦੀ। ਤੇ ਇੱਕ ਵਾਰੀ ਮੰਤਰੀ ਬਣ ਜੇ ਕੋਈ, MLA ਬਣ ਜੇ ਕੋਈ, ਇਹਨਾਂ ਦੀ ਤੇ ਕਰਪਸ਼ਨ ਦੀ ਹੱਦ ਹੀ ਹੋ ਜਾਂਦੀ ਆ ਭਾਈ, ਸੈਂਕੜੇ ਨਹੀਂ ਹਜ਼ਾਰਾਂ ਗੁਣਾ ਵੱਧ ਇਹਨਾਂ ਦੀ ਪ੍ਰਾਪਰਟੀ ਬਣ ਜਾਂਦੀ ਆ, ਕਿਉਂਕਿ ਇਹ ਤਨਖਾਹਾਂ ਦੇ ਉੱਤੇ ਇਹਨਾਂ ਦਾ ਜਿਵੇਂ ਉਹ ਸਰਕਾਰੀ ਮੁਲਾਜ਼ਮ ਨਹੀਂ ਕਿਤੇ ਚੰਗੀਆਂ ਪੋਸਟਾਂ ਤੇ, ਉਹ ਤਨਖਾਹ ਨੂੰ ਗਿਣਦੇ ਨਹੀਂ, ਉਹ ਵੇਂਦੇ ਨੇ ਬਾਹਰੋਂ ਪੈਸੇ ਕਿੰਨੇ ਬਣਦੇ ਨੇ। ਇਹਦੇ ਵਿੱਚ ਮੈਂ ਜੇ ਪਛਾਣ ਲੈ ਜਾਂ ਤੁਹਾਨੂੰ ਭਾਈ, ਬੇਅੰਤ ਸਿੰਘ ਦੀ ਸਰਕਾਰ ਵਿੱਚ ਮਨਿੰਦਰ ਬਿੱਟਾ ਮੰਤਰੀ ਸੀ ਤੇ ਇੱਕ ਰੈਸਟ ਹਾਊਸ ਵਿੱਚ ਉਹ ਠਹਿਰਿਆ ਹੋਇਆ ਸੀ ਤੇ ਉੱਥੇ 2 ਟੈਚੀ ਭਰੇ ਗਏ ਸਨ, ਪ੍ਰੈਸ ਨੇ ਬੜੀ ਖਬਰ ਚੁੱਕੀ ਏ, ਬੜੀ ਜ਼ਿਆਦਾ ਰੌਲਾ ਪਿਆ ਵੀ ਉਹ ਟੈਚੀ ਵਾਪਸ ਵੀ ਨਹੀਂ ਆਏ, ਕੀ ਉਹ ਬਿੱਟੇ ਦੇ ਕਿਤਾਬਾਂ ਪੜ੍ਹਨ ਲਈ ਸਨ ਗਈਆਂ ਜਾਂ ਕੋਈ ਹੋਰ ਸਰਕਾਰੀ ਦਸਤਾਵੇਜ਼ ਗਏ ਸਨ। ਇਹ ਕਿਤਨਾ ਭ੍ਰਿਸ਼ਟਾਚਾਰ ਰੁਕ ਜਾਏਗਾ ਇਹਨਾਂ ਦੀਆਂ ਤਨਖਾਹਾਂ ਵਧਾਉਣ ਨਾਲ? ਮੈਂ ਨਹੀਂ ਸਮਝਦਾ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ, ਕਿਉਂਕਿ ਇਹਨਾਂ ਦੇ ਭ੍ਰਿਸ਼ਟਾਚਾਰ ਕਰਨ ਉਹ ਤੇ ਹਟਣਾ ਹੀ ਨਹੀਂਗਾ, ਮੇਰਾ ਇਹ ਕਹਿਣਾ ਵਾ। ਮਿਹਰਬਾਨੀ ਜੀ, ਮਿਹਰਬਾਨੀ ਕੁਲਵੰਤ ਸਿੰਘ ਜੀ, ਬਿਲਕੁਲ ਸਹੀ ਆ ਕਿ ਇਹ ਇਨਫੈਕਟ ਕਈ ਵਾਰਾਂ ਤਾਂ ਇਹ ਵੀ ਲੱਗਦਾ ਵਾ ਵੀ ਸਾਡੇ ਲੋਕਾਂ ਦੇ ਔਰ ਜਿਹੜੇ ਲੋਕ ਭ੍ਰਿਸ਼ਟ ਆ ਉਹਨਾਂ ਦੇ DNA ਦੇ ਵਿੱਚ ਹੀ ਭ੍ਰਿਸ਼ਟਾਚਾਰ ਵੜ ਗਿਆ ਵਾ। ਪਰ ਮੇਰਾ ਖਿਆਲ ਹੈ ਜੇ ਸਰਕਾਰਾਂ ਵੱਲੋਂ ਹਾਲਾਤ ਜੇ ਬਿਹਤਰ ਹੋਣਗੇ ਤਾਂ ਲੋਕਾਂ ਦੇ ਸੋਚ ਦੇ ਵਿੱਚ ਵੀ ਬਹੁਤ ਫਰਕ ਪੈ ਜਾਂਦਾ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਦਿੱਲੀ ਦੀ ਸਰਕਾਰ 'ਚ ਔਰ ਕਈ ਵਾਰ ਰਾਜਾਂ ਦੇ ਵਿੱਚ ਵੀ ਚੰਗੀਆਂ ਜਿਹੀਆਂ ਸਰਕਾਰਾਂ ਆਉਂਦੀਆਂ। ਪੰਜਾਬ 'ਚ ਵੀ ਲੋਕ ਪ੍ਰਤਾਪ ਸਿੰਘ ਕੈਰੋਂ ਵੇਲੇ ਦੀਆਂ ਹਾਲੇ ਵੀ ਲੋਕ ਗੱਲਾਂ ਕਰਦੇ, ਉਹਦਾ ਫਰਕ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਦਾ ਪੈਂਦਾ ਵਾ। ਸੋ ਕੋਸ਼ਿਸ਼ ਜਿਹੜੀ ਆ ਉਹ ਜਾਰੀ ਰਹਿਣੀ ਚਾਹੀਦੀ ਆ। ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕੌਣ ਬੋਲ ਰਿਹਾ? ਇਸ ਵਿਸ਼ੇ ਦੇ ਉੱਤੇ ਮੈਂ ਪ੍ਰੋਫੈਸਰ ਗੁਰਮੇਲ ਸਿੰਘ ਬਲ ਬੋਲਦਾ ਜੀ, ਆਪਣੇ ਕੈਲੀਫੋਰਨੀਆ ਤੋਂ। ਹਾਂਜੀ ਪ੍ਰੋਫੈਸਰ ਬਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਇਸ ਮਸਲੇ ਤੇ ਅਸੀਂ ਮਿਨਿਸਟਰਾਂ ਦੀ ਤਨਖਾਹਾਂ ਬਾਰੇ ਗੱਲ ਕਰ ਰਹੇ ਹਾਂ, ਕੀ ਤੁਹਾਡਾ ਵਿਚਾਰ ਆ? ਜੀ ਹਾਂ, ਉਹਨਾਂ ਨੇ ਇੱਕ ਜਿਹੜੇ ਵਿਚਾਰ ਦੱਸੇ ਹਨਾ ਜੀ ਵੀ ਜੇ ਸਾਡੀ ਤਨਖਾਹ ਡਬਲ ਕਰ ਦਿਓ ਤਾਂ ਹੋ ਹੀ ਗਈ ਆ ਗਿਆ ਅਖਬਾਰ ਦੇ ਵਿੱਚ, ਇਹ ਵਧੀ ਨਹੀਂ ਲਾਉਂਦੇ, ਉਹਨਾਂ ਦਾ ਜਿਹੜਾ ਵਿਚਾਰ ਆ ਜਾਂ ਇਹ ਗੱਲ ਕਰਨੀ ਉਹਨਾਂ ਲਈ ਸ਼ੋਭਾ ਨਹੀਂ ਸੀ ਕਰਦੀ। ਦੂਸਰਾ ਇਹ ਕਹਿੰਦੇ ਆ ਵੀ ਸਾਡੀਆਂ ਤਨਖਾਹਾਂ ਦੂਏ ਦੇਸ਼ਾਂ ਦੇ ਜਿਹੜੇ MP ਉਹਨਾਂ ਨੇ ਬਰਾਬਰ ਕਰ ਦਿਓ, ਕਿ ਦੇਸ਼ ਦੇ ਮੁਲਾਜ਼ਮਾਂ ਨੂੰ ਉਹ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, UK, ਆਸਟ੍ਰੇਲੀਆ ਦੇ ਮੁਲਾਜ਼ਮਾਂ ਨੂੰ ਬਰਾਬਰ ਤਨਖਾਹਾਂ ਦੇਣਗੇ? ਬਹੁਤ ਵਧੀਆ ਪੁਆਇੰਟ, ਵੈਰੀ ਵੈਲਿਡ। ਹਾਂਜੀ, ਮੇਰੀ ਤੀਸਰੀ ਬੇਨਤੀ ਮੇਰੀ ਇਹ ਆ ਜੀ ਬਈ ਤਨਖਾਹਾਂ ਵਧਣੀਆਂ ਜ਼ਰੂਰ ਚਾਹੀਦੀਆਂ। 70% ਮਹਿੰਗਾਈ ਵੱਧ ਗਈ, 10 ਲਏ ਹੁਣ 3-70 ਜੀ, 70% ਮਹਿੰਗਾਈ ਵੱਧ ਗਈ ਆ, ਜ਼ਰੂਰ ਤਨਖਾਹ ਵਧੇ, ਕਿਉਂਕਿ ਜਿਹੜੇ ਸਨਮਾਨਯੋਗ ਉਹ ਆਇਆ, ਕੋਈ ਛੋਟੀ ਗੱਲ ਨਹੀਂ, MP ਬੜੀ ਵੱਡੀ ਇੱਕ ਪਰਸਨੈਲਿਟੀ ਸ਼ਖਸੀਅਤ ਹੁੰਦਾ, 9 ਕਾਂਸਟੀਟਿਊਸ਼ਨ ਵਿੱਚੋਂ 1 MP ਨੇ ਬਣਨਾ ਜੀ ਜੀ, ਔਰ ਉਹਨਾਂ ਨੇ ਦੇਖੋ ਜੀ ਸੰਸਦ ਦੇ ਵਿੱਚ ਕਿੰਨੇ ਵਿਚਾਰ ਸ਼ਸ਼ੀਲ ਵਿਚਾਰ ਚੰਗੇ ਦੇਣੇ, ਔਰ ਕਈ MP ਤੁਸੀਂ ਦੇਖੋ ਬੜੇ ਇੰਟੈਲੀਜੈਂਟ ਰਹੇ, ਬਿਲਕੁਲ ਉਹਨਾਂ ਨੂੰ ਬਹੁਤ ਤਰੀਕ ਕਰਨੀ ਪੈਂਦੀ ਆ ਆਰਥਿਕ ਮਸਲਿਆਂ ਦੀ, ਰਾਜਨੀਤਿਕ ਮਸਲਿਆਂ ਦੀ, ਸਮਾਜਿਕ ਮਸਲਿਆਂ ਦੀ, ਧਾਰਮਿਕ ਮਸਲਿਆਂ ਦੀ, ਲੋਕਾਂ ਦੀਆਂ ਰੁਚੀਆਂ ਦੀ, ਭਾਵਨਾਵਾਂ ਦੀ ਜੀ, ਫਿਰ ਬਿਆਨ ਦੇਣੇ ਪੈਂਦੇ। ਤੁਸੀਂ ਇਹ ਗੱਲ ਕਹਿ ਰਹੇ ਹਾਂ ਕਿ ਉਹ ਕਈ ਗੱਲ ਕਹਿਣ ਦੇ ਪੈਸੇ ਲੈਂਦੇ, ਬੜੀਆਂ ਘਟੀਆਂ ਗੂਣੀਆਂ ਗੱਲ ਉਹਨਾਂ ਲਈ ਨੇ, ਪਰ ਤਨਖਾਹ ਵੰਡਣ ਨਾਲ ਕੁਛ ਮੇਰੇ ਸੁਝਾਅ ਆ ਜੀ ਸੰਧੂ ਸਾਹਿਬ ਜੀ ਜੀ, ਪਹਿਲੀ ਤੇ ਗੱਲ ਆ ਪਰਮਾਤਮਾ ਕਰੇ ਜਿਹਨਾਂ ਦੇ ਮਨਾਂ ਵਿੱਚ ਇਮਾਨਦਾਰੀ ਆ ਜਾਏ ਤਾਂ ਬਹੁਤ ਵਧੀਆ ਗੱਲ ਆ, ਕਿਉਂਕਿ ਲੋਕ ਇਹਨਾਂ ਦਾ ਮਾਣ ਸਨਮਾਨ ਓਦਾਂ ਵੀ ਕਰਦੇ ਰਹਿੰਦੇ ਆ ਜਦੋਂ MP ਖੜਾਉਂਦੇ ਆ, ਲੇਕਿਨ ਵਿੱਚ ਪੈਸੇ ਇਹਨਾਂ ਦੀ ਹੈਲਪ ਕਰਦੇ ਆ, ਲੋਕ ਇਹਨਾਂ ਕੋਲ ਕਾਫੀ ਰਹਿੰਦੀ ਕਿਸੇ ਤਰ੍ਹਾਂ ਦੀ ਜੀ, ਔਰ ਇਲਾਕੇ ਦੀਆਂ ਸਮੱਸਿਆ ਵੱਲ ਧਿਆਨ ਦੇਣ, ਤੇ ਖਾਸ ਤੌਰ ਤੇ ਇਹ ਕਾਰਨ ਵੀ ਜਿਹੜੇ ਮੁਲਾਜ਼ਮ ਲਾਉਣੇ ਆ ਜੀ, BDO ਲਾਉਣੇ ਆ, ਤਹਿਸੀਲਰ ਲਾਉਣੇ ਆ, DSV ਸਾਹਿਬ ਲਾਉਣੇ, ਸਾਡੇ ਮਰਜ਼ੀ ਦੇ ਲਾਓ, ਉਹਦਾ ਵੀ ਮਤਲਬ ਗਲਤ ਐਡਮਿਨਿਸਟ੍ਰੇਸ਼ਨ ਆ ਚਲਾਉਣਾ ਲੋਕਾਂ ਲਈ, ਉਹਦੇ ਵਿੱਚ ਫਿਰ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜ਼ਾਹਰ ਹੋਣ ਲੱਗ ਪੈਂਦੀਆਂ ਲੋਕਾਂ ਨੂੰ। ਬਿਲਕੁਲ ਪ੍ਰੋਫੈਸਰ ਬਾਲ, ਮੇਰੇ ਖਿਆਲ ਆ ਇਹਨਾਂ ਦੇ ਚਾਹੀਦਾ ਹੈ ਵਾ ਵੀ ਇਹਨਾਂ ਦੇ ਤਨਖਾਹਾਂ ਭਾਵੇਂ ਵਧਾ ਦਿਓ ਪਰ ਇਹਨਾਂ ਨੂੰ ਅਕਾਊਂਟੇਬਲ ਵੀ ਕਰੋ, ਇਹਨਾਂ ਦੀ ਅਕਾਊਂਟੇਬਿਲਿਟੀ ਜ਼ਰੂਰ ਹੋਣੀ ਚਾਹੀਦੀ ਹੈ। ਇੱਕ ਹੋਰ ਦਰਸ਼ਕ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਪ੍ਰਸਤਾਵ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਸਿੰਘ ਅਟਲਾਂਟਾ ਤੋਂ ਬੋਲ ਰਿਹਾ ਜੀ। ਹਾਂਜੀ ਸੁਰਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਤੁਹਾਡਾ ਕੀ ਵਿਚਾਰ ਹੈ? ਮੇਰਾ
ਦਾ ਪਿੱਛੋਂ ਵਿਚਾਰ ਇਹ ਹੈ ਕਿ ਜਿਹੜੇ ਸਾਡੇ ਜਿਸ ਤਰ੍ਹਾਂ USA ਦੇ ਵਿੱਚ ਲੈਜਿਸਲੇਟਿਵ ਅਸੈਂਬਲੀਆਂ ਦੇ ਵਿੱਚ ਚੁਣੇ ਜਾਂਦੇ ਨੇ, ਥੋੜਾ ਜਿਹਾ ਉੱਚੀ ਬੋਲਿਓ ਜੀ, ਆਵਾਜ਼ ਘੱਟ ਆ ਰਹੀ ਹੈ, ਉੱਚੀ ਬੋਲਿਓ। ਹਾਂਜੀ, ਜਾਂ ਹਾਊਸ ਆਫ ਰੀਪ੍ਰੈਜੈਂਟੇਟਿਵ ਦੇ ਵਿੱਚ ਆਉਂਦੇ ਨਾ, ਇੱਕ ਮਿੰਟ ਆਵਾਜ਼ ਪਰ ਨੀਤੀ ਕਰ। ਹਾਂਜੀ, ਹੁਣ ਸੁਣ ਰਹੇ ਹੋ ਤੁਸੀਂ ਮੇਰੀ ਆਵਾਜ਼? ਥੋੜੀ ਜਿਹੀ ਹਾਲੀ ਵੀ ਉੱਚੀ ਬੋਲਣਾ ਪੈਣਾ। ਹਾਂਜੀ, ਮੈਂ ਇਹ ਕਹਿਣਾ ਚਾਹ ਰਿਹਾ ਕਿ ਜਿਹੜੇ ਲੈਜਿਸਲੇਟਿਵ ਅਸੈਂਬਲੀਆਂ ਦੇ ਵਿੱਚ ਇੱਥੇ USA 'ਚ ਚੁਣੇ ਜਾਂਦੇ ਨੇ ਜੀ, ਜਾਂ ਹਾਊਸ ਆਫ ਰੀਪ੍ਰੈਜੈਂਟੇਟਿਵ ਦੇ ਚੁਣੇ ਜਾਂਦੇ ਆ, ਦੇ ਆਰ ਮੋਸਟਲੀ ਲਾ ਗ੍ਰੈਜੂਏਟ ਜਿਹੜੇ ਹੁੰਦੇ ਆ। ਰਾਈਟ ਰਾਈਟ। ਤੇ ਉਹ ਜਦੋਂ, ਕਿਉਂਕਿ ਜਿਹੜੀ ਅਸੈਂਬਲੀ ਦਾ ਬੇਸਿਕ ਰੂਲ ਹੈ ਨਾ, ਉਹ ਆ ਕਿ ਇਹਦੇ 'ਚ ਇੱਕ ਟਰਮ ਹੁੰਦੀ ਪੋਲੀਟੀਕਲ ਸਾਇੰਸ ਦੇ ਵਿੱਚ, ਡੈਲੀਗੇਟਿਡ ਲੈਜਿਸਲੇਸ਼ਨ ਜੀ। ਉਹਦੇ 'ਚ ਹੁਣ ਜਿਹੜਾ ਬੰਦਾ ਲਾ ਗ੍ਰੈਜੂਏਟ ਹੈ, ਉਹ 'ਤੇ ਕੋਈ ਲਾ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਉਹ ਇੰਟਰਪ੍ਰੈਟ ਵੀ ਕਰ ਸਕਦਾ, ਸਮਝ ਵੀ ਸਕਦਾ, ਉੱਥੇ ਵੋਟ ਵੀ ਦੇ ਸਕਦਾ ਕਿ ਠੀਕ ਹੈ ਕਿ ਨਹੀਂ। ਬਿਲਕੁਲ ਠੀਕ। ਸਾਡੇ ਜਿੰਨੇ ਵੀ ਬੰਦੇ ਆ ਉਹਦੇ 'ਚ, ਤੁਸੀਂ, ਮੇਰਾ ਖਿਆਲ ਹੈ ਵੀ 2% ਨੂੰ ਛੱਡ ਕੇ ਕਿਸੇ ਬੰਦੇ ਦੀ ਵੀ ਕਪੈਸਿਟੀ ਨਾ ਨੈਸ਼ਨਲ ਲੈਵਲ 'ਤੇ ਹੈਗੀ ਆ, ਨਾ ਸਟੇਟ ਲੈਵਲ 'ਤੇ ਹੈਗੀ ਆ, ਵੀ ਉਹ ਉਸ ਚੀਜ਼ ਦੀ ਗਹਿਰਾਈ ਨੂੰ ਸਮਝ ਸਕੇ ਅਤੇ ਉਹਦੇ ਉੱਤੇ ਯੈਸ ਨੋ ਵੋਟ ਜਿਹੜੀ ਆਪਣੇ ਹਲਕੇ ਦੇ ਲੋਕਾਂ ਨੂੰ ਸੰਬੋਧਿਤ ਕਰਕੇ ਕਹਿ ਸਕਦਾ ਹੋਵੇ ਜੀ। ਜੀ, ਇੱਕ ਤਾਂ ਇਸ ਕਰਕੇ ਇਹ ਲੋਕ ਬਿਲਕੁਲ ਉਸ ਕਿਸਮ ਦੀ ਤਨਖਾਹ ਦੇ ਹੱਕਦਾਰ ਨਹੀਂ, ਕਿਉਂਕਿ ਦੇ ਆਰ ਨਾਟ ਕੁਆਲੀਫਾਈਡ ਫੋਰ ਦੈਟ। ਓਕੇ ਓਕੇ। ਨੰਬਰ ਸੈਕੰਡ, ਇਹ ਬੇਸਿਕਲੀ ਲੋਕਾਂ ਦੀ ਡਿਵੈਲਪਮੈਂਟ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਭੂਮਿਕਾ ਨਹੀਂ ਅਦਾ ਕਰ ਰਹੇ ਕਿ ਜਿਹਦੇ ਨਾਲ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਇਹਨਾਂ ਦੀਆਂ ਤਨਖਾਹਾਂ 'ਚ ਵਾਧਾ ਹੋਣਾ ਚਾਹੀਦਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਸ ਗੱਲ 'ਤੇ ਕਿ ਚਲੋ ਤਨਖਾਹਾਂ ਇਹਨਾਂ ਨੂੰ ਵੱਧ ਦੇ ਦਿਓ, ਤਾਂ ਕਿ ਸ਼ਾਇਦ ਇਹ ਸ਼ਰਮ ਦੇ ਨਾਲ ਹੀ ਥੋੜ੍ਹੀ ਬਹੁਤੀ ਕੋਈ ਸਾਡੀ ਤਰੱਕੀ ਵਾਲੇ ਬੰਨੇ ਨੂੰ ਤੁਰ ਪੈਣ ਜੀ। ਪਰ ਕਿਉਂਕਿ ਸਾਡੇ ਸਮਾਜ ਦੇ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਇਹਨਾਂ ਲੋਕਾਂ ਦੇ ਬਲੱਡ ਦੇ ਅੰਦਰ ਵੀ ਕਰਪਸ਼ਨ ਇਸ ਲੈਵਲ ਤੱਕ ਜਾ ਚੁੱਕੀ ਆ ਕਿ ਇਹ ਤਨਖਾਹ ਜਿਹੜੀ ਆ ਇਹਨਾਂ ਵਾਸਤੇ ਮੇਰੇ ਖਿਆਲ ਕੋਈ ਬਹੁਤੇ ਵੱਡੇ ਮਾਇਨੇ ਨਹੀਂ ਰੱਖਦੀ। ਬਾਕੀ ਜਿਸ ਤਰ੍ਹਾਂ ਆਪਾਂ ਪ੍ਰੈਸ਼ਰ ਗਰੁੱਪਸ ਕਹਿ ਲਈਏ ਜਾਂ ਹੋਰ ਪਾਵਰਫੁਲ ਬਿਜ਼ਨੈਸਿਸ ਕਹਿ ਲਈਏ, ਇਹ ਉਹਨਾਂ ਨੂੰ ਹੀ ਰੀਪ੍ਰੈਜੈਂਟ ਕਰਨ ਲੱਗ ਜਾਂਦੇ ਆ, ਇਲਾਕੇ ਦੇ ਲੋਕਾਂ ਨੂੰ ਬਿਲਕੁਲ ਇਗਨੋਰ। ਬਿਲਕੁਲ ਠੀਕ ਹੈ ਸੁੰਦਰ ਜੀ, ਸੁੰਦਰ ਸਿੰਘ ਜੀ, ਮੈਂ ਮਾਫ਼ ਕਰਨਾ ਤੁਹਾਨੂੰ ਵਿੱਚ ਕੱਟ ਰਿਹਾ। ਜਿਹੜਾ ਤੁਹਾਡਾ ਪੁਆਇੰਟ ਹੈ ਕਿ ਇਹਨਾਂ ਦੀ ਕੁਆਲੀਫਿਕੇਸ਼ਨ ਸਹੀ ਹੋਣੀ ਚਾਹੀਦੀ ਆ, ਇਸ ਕਰਕੇ ਜਿੰਨੇ ਚਿਰ ਤੱਕ ਕੁਆਲੀਫਿਕੇਸ਼ਨ ਜਿਹਨਾਂ ਲੋਕਾਂ ਦੀ ਸਹੀ ਨਹੀਂ, ਉਹ ਵੱਧ ਤਨਖਾਹ ਦੇ ਹੱਕਦਾਰ ਨਹੀਂ। ਦੇਖੋ, ਲਾਅ ਦੀ ਨੌਲੇਜ ਜਿਹੜੀ ਆ ਇਹ ਬਹੁਤ ਫਾਇਦੇਮੰਦ ਹੁੰਦੀ, ਕਿਉਂਕਿ ਤੁਹਾਡਾ ਬੇਸਿਕ ਕੰਮ ਜਿਹੜਾ ਵਾ ਲੈਜਿਸਲੇਟਿਵ ਬਿਜ਼ਨਸ ਦਾ ਕੰਮ ਹੈ। ਲੇਕਿਨ ਉਹਦੇ ਨਾਲ ਨਾਲ ਮੇਰੇ ਖਿਆਲ ਜੇ ਕੋਈ, ਜੇ ਕਿਸੇ ਬੰਦੇ ਨੇ ਐਗਰੀਕਲਚਰ ਦੇ ਵਿੱਚ ਉਹਦੀ ਕੁਆਲੀਫਿਕੇਸ਼ਨ ਹੈ, ਕੋਈ BSc MSc ਕੀਤੀ ਹੈ, ਜਾਂ ਕਿਸੇ ਨੇ ਇਕਨੋਮਿਕਸ ਦੀ MA ਜਾਂ PhD ਕੀਤੀ ਆ, ਉਹਦਾ ਵੀ ਆਪਣੇ ਤਰੀਕੇ ਨਾਲ ਫਾਇਦਾ ਹੁੰਦਾ, ਕਿਉਂਕਿ ਤੁਹਾਡੀ ਇੱਕ ਐਕਸਪਰਟੀਜ਼ ਉਸ ਸਬਜੈਕਟ ਦੇ ਨਾਲ ਵੀ ਹੋ ਜਾਂਦੀ ਹੈ। ਪਰ ਡੈਫੀਨੇਟਲੀ ਬਰੋਡਲੀ ਜਿਹੜਾ ਲਾਅ ਦੀ ਕੁਆਲੀਫਿਕੇਸ਼ਨ ਹੈ ਉਹਦਾ ਜ਼ਰੂਰ ਫਾਇਦਾ ਹੁੰਦਾ ਵਾ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਜਲਦ ਵਾਪਸ ਆ ਕੇ ਆਪਾਂ ਇਹੋ ਹੀ ਮਸਲਾ ਜਿਹੜਾ ਵਾ, ਮਿਨਿਸਟਰਾਂ ਅਤੇ MLAs ਦੀਆਂ ਤਨਖਾਹਾਂ ਦਾ ਮਸਲਾ ਜਿਹੜਾ ਵਾ, ਇਹਦੇ 'ਤੇ ਆਪਾਂ ਇਸੇ ਤਰ੍ਹਾਂ ਹੀ ਡਿਸਕਸ਼ਨ ਕਰਦੇ ਰਹਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਕੱਲ੍ਹ ਕਰੀਬ ਬੜੇ ਸਾਲਾਂ ਬਾਅਦ, 80-82 ਸਾਲਾਂ ਬਾਅਦ ਇੱਕ ਸੋਸ਼ੀਓ ਇਕਨੋਮਿਕ ਕਾਸਟ ਸੈਂਸਸ ਦੀ ਰਿਪੋਰਟ ਬਾਹਰ ਆਈ ਆ। ਉਹਨੇ ਦੱਸਿਆ ਵਾ ਕਿ ਇਸ ਵੇਲੇ ਮੁਲਕ ਦੇ ਵਿੱਚ, ਖਾਸ ਕਰਕੇ ਪਿੰਡਾਂ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ। ਉਹਦੇ 'ਚ ਕਾਫੀ ਇਨਫੋਰਮੇਸ਼ਨ ਪੰਜਾਬ ਬਾਰੇ ਵੀ ਆ, ਇਸ ਰੀਜਨ ਬਾਰੇ ਵੀ ਆ। ਸੋ ਆਪਾਂ ਜਦੋਂ ਵੀਕਐਂਡ ਤੋਂ ਬਾਅਦ ਸ਼ੋਅ ਕਰਾਂਗੇ ਉਦੋਂ ਇਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਕਿ ਕੀ ਇਹ ਜਿਹੜੀ ਰਿਪੋਰਟ ਆ ਇਹ ਪਿੰਡਾਂ ਦੀ ਕੀ ਹਾਲਤ ਦਰਸਾਉਂਦੀ ਆ, ਖਾਸ ਕਰਕੇ ਪੰਜਾਬ ਦੀ, ਔਰ ਕੀ ਕਰਨ ਦੀ ਲੋੜ ਆ ਵੀ ਉਹ ਜਿਹੜੇ ਹਾਲਾਤ ਆ ਉਹ ਬਿਹਤਰ ਹੋ ਸਕਣ। ਇਹ ਆਪਾਂ ਵੀਕਐਂਡ ਤੋਂ ਬਾਅਦ ਵਿਚਾਰਾਂਗੇ। ਹੁਣ ਅੱਜ ਦਾ ਮਸਲਾ ਹੈਗਾ ਵਾ ਕਿ ਜਿਹੜੇ ਮਿਨਿਸਟਰ ਆ ਔਰ MLAs ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸਮਾਂ ਬੜਾ ਥੋੜ੍ਹਾ ਰਹਿ ਗਿਆ, ਸਾਡੇ ਨਾਲ 2-3 ਸੱਜਣ ਇਸ ਵੇਲੇ ਜੁੜੇ ਆ, ਉਹਨਾਂ ਦੇ ਵਿਚਾਰ ਸਾਂਝੇ ਕਰਦੇ ਹਾਂ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕਮਲਜੀਤ ਸਿੰਘ ਬੋਲਦਾ ਬਫਲੋ ਨਿਊਯਾਰਕ ਤੋਂ। ਹਾਂਜੀ ਕਮਲਜੀਤ ਸਿੰਘ ਜੀ, ਸਵਾਗਤ ਹੈ। ਬਫਲੋ ਜਿਹੜਾ ਬਿਲਕੁਲ ਕੈਨੇਡਾ ਦੇ ਬਾਰਡਰ ਦੇ ਨਾਲ ਆ। ਹਾਂ ਬਿਲਕੁਲ, ਬਾਰਡਰ ਦੇ ਨਾਲ। ਹਾਂਜੀ ਹਾਂਜੀ, ਮਿਹਰਬਾਨੀ। ਅਤੇ ਅੱਜ ਕੱਲ੍ਹ ਉੱਥੇ ਕੀ ਹਾਲਤ ਹੈ ਜੀ ਆਪਣੇ ਨਾਇਗਰਾ ਫਾਲਸ ਦੇ ਵਿੱਚ? ਬਿਲਕੁਲ ਵਧੀਆ ਜੀ, ਬਹੁਤ ਟੂਰਿਸਟ ਆ ਰਹੇ ਆ ਉੱਥੇ। ਹਾਂ, ਅੱਜ ਕੱਲ੍ਹ ਤਾਂ ਮੇਰੇ ਖਿਆਲ ਪਾਣੀ ਪੂਰਾ ਵਗ ਰਿਹਾ ਹੋਣਾ ਕਿਉਂਕਿ ਮੌਸਮ ਬੜਾ ਵਧੀਆ ਹੋ ਗਿਆ। ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ ਜੀ। ਹਾਂਜੀ ਭਾਈ ਸਾਹਿਬ, ਦੱਸੋ ਕੀ ਵਿਚਾਰ ਰੱਖਣਾ ਚਾਹੁੰਦੇ ਜੀ ਅੱਜ ਦੇ ਮਸਲੇ 'ਤੇ? ਥੋੜ੍ਹੇ ਜਿਹੇ ਵਿਚਾਰ ਇਸ ਤਰ੍ਹਾਂ ਦੇ ਆ ਵੀ ਕੈਬਨਿਟ ਮਿਨਿਸਟਰ ਜਾਂ ਜਿੰਨੇ ਵੀ ਮਿਨਿਸਟਰਾਂ ਨੂੰ ਜਾਂ MLA ਨੂੰ ਤਨਖਾਹ ਲੋੜ ਤੋਂ ਵੱਧ ਹੀ ਮਿਲ ਰਹੀ ਹੈ ਅਸਲ 'ਚ। ਓਕੇ, ਲੋੜ ਤੋਂ ਵੱਧ ਮਿਲ ਰਹੀ ਹੈ। ਹਾਂਜੀ ਹਾਂਜੀ, ਕਿਉਂਕਿ ਸੇਵਾ ਭਾਵਨਾ ਦੀ ਨਾਲ ਇਲੈਕਸ਼ਨ ਲੜਦੇ ਆ, ਜਦੋਂ ਵੀ ਇਲੈਕਸ਼ਨ ਦੀ ਟਿਕਟ ਮਿਲਦੀ ਆ ਤਾਂ ਕਰੋੜਾਂ ਅਰਬਾਂ ਰੁਪਈਆ ਹੀ ਦਿੰਦੇ ਆ ਜੀ।
ਲੈਣ ਦੀ ਖਾਤਰ ਪੈਸੇ ਵੀ ਦਿੰਦੇ ਆ ਜੀ, ਇਹਨਾਂ ਨੂੰ ਤਾਂ ਤਨਖਾਹ ਦੇਣੀ ਨੀ ਚਾਹੀਦੀ, ਮਤਲਬ ਸੇਵਾ ਭਾਵਨਾ ਤਾਂ ਐਜ ਏ ਪਬਲਿਕ ਸਰਵੈਂਟ ਨੇ ਇਹ। ਪਰ ਫਿਰ ਵੀ ਉਹਨਾਂ ਦਾ ਖਰਚ ਕਿਵੇਂ ਚੱਲਿਆ, ਘਰਾਂ ਦਾ ਖਰਚ ਕਿਵੇਂ ਚੱਲਿਆ ਉਹਨਾਂ ਦਾ? ਇਹ ਆਪਦੇ ਜੇ ਤੁਸੀਂ ਆ ਕੇ ਸੇਵਾ ਕਰ ਰਹੀ ਹਾਂ ਤਾਂ ਆਪਦੇ ਕੋਲੋਂ ਜੇਬ ਚੋਂ ਖਰਚੋ। ਸੋ ਇਹਦਾ ਮਤਲਬ ਹੈ ਵੀ ਜਿਹਨਾਂ ਕੋਲ ਪੈਸੇ ਨਹੀਂ ਹੈ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ? ਨਹੀਂ, ਜਿਹਨਾਂ ਕੋਲ ਪੈਸੇ ਨਹੀਂ ਹੈਗੇ ਉਹਨਾਂ ਨੂੰ ਇਲੈਕਸ਼ਨ ਉਹਨਾਂ ਨੂੰ ਦੇਣੇ ਚਾਹੀਦੇ। ਜਦੋਂ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਅਗੇਂਸਟ ਐਵੀਡੈਂਟ ਦਿੰਦੇ ਹੋ ਵੀ ਉਹਨਾਂ ਨੂੰ ਕਿੰਨੀ ਪ੍ਰੋਪਰਟੀ ਕਿੰਨੀ ਆ। ਇਹ ਬੜਾ ਇੰਟਰਸਟਿੰਗ ਵਿਚਾਰ ਆ ਵੀ ਲੋਕਾਂ ਦੀਆਂ ਤਨਖਾਹਾਂ ਜਿਹੜੀਆਂ ਵਾ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਵਾ ਅਤੇ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਪ੍ਰੋਪਰਟੀਜ਼ ਆ ਉਹਦੇ ਹਿਸਾਬ ਨਾਲ ਮਿਲਣੀ ਚਾਹੀਦੀਆਂ। ਬੜਾ ਇੰਟਰਸਟਿੰਗ ਇੱਕ ਨਵਾਂ ਸੁਝਾਅ ਆ, ਦੇਖਦੇ ਹਾਂ ਇਹਦੇ 'ਤੇ ਬਾਕੀ ਸਾਡੇ ਸਰੋਤਿਆਂ ਦਾ ਕੀ ਵਿਚਾਰ ਆ। ਹੈਲੋ ਹੈਲੋ ਸੰਤ ਸਾਹਿਬ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕੁਲਦੀਪ ਸਿੰਘ ਬੋਲਦਾ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਮੈਂ ਕੈਨੇਡਾ ਤੋਂ ਬੋਲਦਾ। ਮੈਂ ਕਿਹਾ ਇਹਨਾਂ ਦੀ ਤਨਖਾਹ ਤਾਂ ਇੱਕ ਘੰਟੇ ਦੀ ਵੱਧ ਗਈਆਂ ਅਤੇ ਜਿਹੜੇ ਸਾਬਕਾ ਫੌਜੀ 60 ਸਾਲ ਤੋਂ ਪਿੱਟਦੇ ਨੇ ਕਰੇ ਇੱਕ ਪੈਨਸ਼ਨ, ਉਹਦੇ ਬਾਰੇ ਵੀ ਕੋਈ ਖਿਆਲ ਹੈ ਇਹਨਾਂ ਨੂੰ? ਬਿਲਕੁਲ, ਮੈਂ ਤਾਂ ਸਹਿਮਤ ਹਾਂ ਜੀ, ਪੈਨਸ਼ਨ ਅਤੇ MLA ਅਤੇ MPs ਦੀ ਹੋਣੀ ਨਹੀਂ ਚਾਹੀਦੀ। ਆਫਟਰ ਆਲ ਤੁਸੀਂ 5-4 ਸਾਲ ਲਈ ਸੱਤਾ 'ਚ ਆਉਂਦੇ ਜੇ ਤਾਂ ਉਹਦੀ ਪੈਨਸ਼ਨ ਦਾ ਮਤਲਬ ਕੋਈ ਨਹੀਂ, ਕਿਉਂਕਿ ਸਾਰਿਆਂ ਦਾ ਕੋਈ ਨਾ ਕੋਈ ਹੋਰ ਵੀ ਕਾਰੋਬਾਰ ਹੋਊਗਾ। ਉਹ ਪੇਸ਼ੇਵਰ ਆਫਟਰ ਆਲ ਤੁਸੀਂ ਪੋਲੀਟੀਸ਼ੀਅਨ ਤਾਂ ਨਹੀਂ ਨਾ ਹੋ ਸਕਦੇ, ਨਾ ਹੀ ਹੋਣੇ ਚਾਹੀਦੇ ਆ। ਕੁਝ ਹੋਰ ਵੀ ਵਿਚਾਰ ਹੈ ਤੁਹਾਡਾ, ਕਿਉਂਕਿ ਸਮਾਂ ਬੜਾ ਥੋੜ੍ਹਾ ਜੀ? ਹੋਰ ਸੰਧੂ ਸਾਹਿਬ, ਇੱਕ ਗੱਲ ਹੋਰ ਹੈ। ਹਾਂ ਹਾਂ, ਇਹਨਾਂ ਦਾ ਨਾਰਾ ਹੈ ਜੈ ਜਵਾਨ ਜੈ ਕਿਸਾਨ। ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਵਾ ਉਹ ਦੁਬਾਰਾ ਪ੍ਰਫੁੱਲਿਤ ਹੋਣਾ ਚਾਹੀਦਾ। ਨਾ ਜਵਾਨ ਕੋਲੇ ਘਰ ਹੈ ਤੇ ਨਾ ਕਿਸਾਨ ਕੋਲੇ ਘਰ ਹੈ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਮੇਰੇ ਖਿਆਲ ਕਿਸਾਨ ਦੀ ਤੇ ਜਵਾਨ ਦੀ ਉਹਨਾਂ ਦੇ ਵੱਲ ਧਿਆਨ ਦੇਣ ਦੀ ਲੋੜ ਆ। ਮੈਂ ਇਹੋ ਹੀ ਮਸਲਾ ਜਿਹੜਾ ਵਾ ਆਪਾਂ ਸੋਮਵਾਰ ਨੂੰ ਲੈ ਕੇ ਆਵਾਂਗੇ, ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ। ਅੱਜ ਇੰਨਾ ਹੀ, ਹੁਣ ਆਪਾਂ ਵੀਕਐਂਡ ਤੋਂ ਬਾਅਦ ਮਿਲਾਂਗੇ। ਸਾਡੇ ਇੱਥੇ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ ਵਾਂ, ਬਹੁਤ ਸਾਰੇ ਲੋਕ ਪਹਾੜਾਂ 'ਚ ਘੁੰਮਣ ਫਿਰਨ ਗਏ ਆ। ਅੱਜ ਕੱਲ੍ਹ ਚੰਡੀਗੜ੍ਹ ਦੇ ਨਾਲ ਲੱਗਦੇ ਕਸੌਲੀ ਅਤੇ ਸ਼ਿਮਲਾ 'ਚ ਵੀ ਬਹੁਤ ਵਧੀਆ ਮੌਸਮ ਹੈ, ਆਨੰਦ ਹੈ। ਜਾਣ ਬਾਰੇ ਸੋਚਿਆ ਤਾਂ ਮੈਂ ਵੀ ਸੀ, ਪਰ ਫਿਰ ਤੁਹਾਡੇ ਨਾਲ ਫਿਰ ਗੱਲਬਾਤ ਕਿਵੇਂ ਹੋਊਗੀ? ਸੋ ਤੁਸੀਂ ਕਰੋ ਇੰਜੋਏ ਅਤੇ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।